ਜਿਹੜੇ ਲੋਕ ਵਿਚਾਰੇ ਗਰੀਬ ਇੱਥੇ ਆਏ ਦੇ ਨੇ ਪਾਣੀ ਦੇ ਹੜ੍ਹਾਂ ਵਿੱਚੋਂ, ਦਰਿਆਏ ਭੁੱਖੇ ਆਪਣਾ ਘਰ ਬਰਬਾਦ ਕਰਕੇ ਉਹਨਾਂ 'ਤੇ ਲਗਾ ਦਿੰਦੇ, ਉੱਥੇ ਲੰਗਰ ਲਗਾ ਦਿੰਦੇ, ਉਹਨਾਂ ਵਾਸਤੇ ਲੋਕਾਂ ਕੋਲ ਪੈਸਾ ਨਹੀਂ। 30 ਸਾਲ ਦਾ ਤਾਂ ਮੈਨੂੰ ਲੱਗਦਾ ਵੀ ਮੈਂ ਦੇਖ ਰਿਹਾ ਵੀ ਇਹ ਰਾਵਣ ਨੂੰ ਫੂਕ ਰਹੇ ਹਾਂ, ਪਰ ਜਿਹੜਾ ਉਹਦਾ ਫਲਸ ਜਿਹੜੀ ਜਿਸ ਕਰਕੇ ਉਹ ਫੂਕ ਰਹੇ ਹਾਂ, ਉਹ 30 ਸਾਲਾਂ 'ਚ ਮੈਨੂੰ ਨਹੀਂ ਲੱਗਿਆ ਵੀ ਉਹਦੀ ਕੋਈ ਪੋਜ਼ੀਟਿਵ ਜਿਹੜੀ ਆ ਇੰਪੈਕਟ ਸਮਾਜ ਦੇ ਉੱਤੇ ਦਿਖਿਆ ਹੋਵੇ। ਦੇਖੋ ਅਖਬਾਰਾਂ ਥੋੜ੍ਹੇ ਦਿਨ ਤੱਕ ਤਰੀਫਾਂ ਹੁੰਦੀਆਂ ਹੈ ਵੀ, ਉਸ ਤੋਂ ਬਾਅਦ ਤਾਂ ਫਿਰ ਮੈਨੂੰ ਤਾਂ ਕੋਈ ਲੱਗਦਾ ਨਹੀਂ ਕਿ ਜੇ ਕੋਈ ਚੰਗਾ ਕੰਮ ਕਰੂਗਾ ਫਿਰ ਲਾਈਫ ਟਾਈਮ ਤਰੀਫ ਹੋਊਗੀ ਬੰਦੇ ਦੀ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਮੈਂ ਹਾਂ ਅਨੂ ਕੌੜਾ। ਸ਼ੋਅ ਚੱਲ ਰਿਹਾ ਯੂਥ ਪਾਵਰ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਸ਼ੋਅ ਦੇ ਵਿੱਚ ਅਸੀਂ ਯੂਥ ਦੀ ਪਾਵਰ ਦੀ ਗੱਲ ਕਰਦੇ ਹਾਂ ਕਿ ਯੂਥ ਦੇ ਕੋਲ ਜਿਹੜੀ ਪਾਵਰ ਹੈ ਉਹਨਾਂ ਨੂੰ ਪਤਾ ਵੀ ਹੈ ਕਿ ਨਹੀਂ, ਉਹਨੂੰ ਯੂਜ਼ ਕਿੱਥੇ ਕਰਨਾ। ਅੱਜ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਦੁਸਹਿਰੇ ਦਾ ਮੌਕਾ ਹੈ, ਦੁਸਹਿਰਾ ਜਿਹਨੂੰ ਕਿ ਪੂਰੀ ਦੁਨੀਆ ਦੇ ਵਿੱਚ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ, ਦੁਸਹਿਰੇ ਦੇ ਮੌਕੇ 'ਤੇ ਲੋਕ ਰਾਵਣ ਦਾ ਪੁਤਲਾ ਬਣਾ ਕੇ ਉਹਨੂੰ ਫੂਕਦੇ ਨੇ। ਤੁਸੀਂ ਸੋਚ ਰਹੇ ਹੋ ਕਿ ਇਹ ਤਾਂ ਬਹੁਤ ਪੁਰਾਣੀਆਂ ਗੱਲਾਂ, ਇਹ ਤਾਂ ਸਾਰੇ ਹੀ ਜਾਣਦੇ ਨੇ, ਪਰ ਇਸ ਵਾਰ ਚੰਡੀਗੜ੍ਹ ਦੇ ਵਿੱਚ ਰਾਵਣ ਦਾ ਸਭ ਤੋਂ ਵੱਡਾ ਪੁਤਲਾ ਬਣਾਇਆ ਜਾ ਰਿਹਾ, 221 ਫੁੱਟ ਦਾ। ਅਤੇ ਉਹ ਜਿਹੜਾ ਪੁਤਲਾ ਬਣਾਇਆ, ਜਿਸ ਸ਼ਖਸ ਨੇ ਉਹ ਪੁਤਲਾ ਬਣਵਾਇਆ, ਉਸਨੇ ਆਪਣੀ ਸਾਰੀ ਜ਼ਮੀਨ ਜਾਇਦਾਦ ਵੇਚ ਕੇ ਉਹ ਪੁਤਲਾ ਬਣਾਇਆ। ਅਤੇ ਸਵਾਲ ਜਿਹੜਾ ਸਾਡਾ ਇਹ ਹੈ ਕਿ ਕੀ ਰਾਵਣ ਦਾ ਪੁਤਲਾ ਬਣਾਉਣਾ ਇੰਨਾ ਜ਼ਰੂਰੀ ਸੀ ਕਿ ਉਹਨੇ ਆਪਣੀ ਜ਼ਮੀਨ ਜਾਇਦਾਦ ਵੇਚਤੀ? ਜੇ ਜ਼ਮੀਨ ਜਾਇਦਾਦ ਵੇਚਣੀ ਹੀ ਸੀ ਤਾਂ ਕਿਸੇ ਚੰਗੇ ਕੰਮ ਵਾਸਤੇ ਵੀ ਵੇਚੀ ਜਾ ਸਕਦੀ ਸੀ। ਜਿਹੜਾ ਲੱਖਾਂ ਰੁਪਏ ਲੱਗੇ ਨੇ ਉਸ ਰਾਵਣ ਨੂੰ ਬਣਾਉਣ 'ਤੇ, ਉਹ ਲੱਖਾਂ ਰੁਪਏ ਕਿਸੇ ਚੰਗੇ ਕੰਮ ਵਾਸਤੇ ਵੀ ਯੂਜ਼ ਕੀਤੇ ਜਾ ਸਕਦੇ ਸੀ। ਜਾਂ ਫਿਰ ਕੀ ਰਾਵਣ ਦਾ ਵਾਧਾ ਕੱਦ, ਹਰ ਸਾਲ ਇਹ ਦੇਖਿਆ ਜਾਂਦਾ, ਮੀਡੀਆ ਵੀ ਵੱਡੀ ਕਵਰੇਜ ਕਰਕੇ ਦਿਖਾਉਂਦੀ ਹੈ ਕਿ ਰਾਵਣ ਦਾ ਜਿਹੜਾ ਪੁਤਲਾ ਉਹ ਕਿੰਨਾ ਵੱਡਾ ਬਣਾਇਆ ਗਿਆ ਅਤੇ ਕਿਸ ਜਗ੍ਹਾ 'ਤੇ ਕਿੱਡਾ ਵੱਡਾ ਪੁਤਲਾ ਬਣਾਇਆ ਗਿਆ। ਇਸ ਵਾਰ ਜਿਵੇਂ ਕਿ ਅਸੀਂ ਦੱਸ ਰਹੇ ਕਿ ਚੰਡੀਗੜ੍ਹ 'ਚ ਸਭ ਤੋਂ ਵੱਡਾ ਪੁਤਲਾ ਬਣਾਇਆ, ਪਰ ਤੁਹਾਨੂੰ ਲੱਗਦਾ ਕਿ ਜਿਹੜਾ ਰਾਵਣ ਦਾ ਕੱਦ ਵੱਧਦਾ ਜਾ ਰਿਹਾ, ਉੱਦਾਂ ਹੀ ਉੱਦਾਂ ਸਾਡੇ ਦੇਸ਼ ਦੇ ਵਿੱਚ ਜਿਹੜੀ ਬੁਰਾਈ ਹੈ ਉਹ ਵੀ ਵੱਧਦੀ ਜਾ ਰਹੀ ਹੈ? ਇਹਦਾ ਕਾਰਨ ਕੀ ਹੈ? ਰਾਵਣ ਜਿਹੜਾ ਵੱਡਾ ਬਣਾਇਆ ਜਾਂਦਾ ਉਹ ਕਿਸ ਸਿੰਬਲ ਕਰਕੇ ਬਣਾਇਆ ਜਾਂਦਾ, ਕੀ ਸਿੰਬਲ ਹੈ ਉਸ ਚੀਜ਼ ਦਾ, ਕਿਉਂ ਬਣਾਉਂਦੇ ਨੇ? ਇਹੀ ਜਾਣਾਂਗੇ ਅਸੀਂ ਯੂਥ ਦੇ ਕੋਲੋਂ ਦੀ ਕਿ ਇਸ ਮੁੱਦੇ 'ਤੇ ਉਹਨਾਂ ਦੀ ਕੀ ਰਾਏ ਆ, ਉਹਨਾਂ ਦੇ ਅਕੋਰਡਿੰਗ ਜਿਹੜੀ ਜ਼ਮੀਨ ਵੇਚ ਕੇ ਰਾਵਣ ਦਾ ਪੁਤਲਾ ਬਣਾਇਆ, ਕਿਉਂਕਿ ਉਹ ਜਿਹੜਾ ਰਾਵਣ ਹੈ ਉਹ ਇੱਕ ਦਿਨ ਦੇ ਵਿੱਚ ਫਟ ਜਾਏਗਾ। ਅੱਜ ਉਸ ਰਾਵਣ ਦਾ ਵੱਧ ਕਰ ਦਿੱਤਾ ਜਾਏਗਾ, ਉਹਨੂੰ ਮਾਰ ਦਿੱਤਾ ਜਾਏਗਾ, ਉਹਨੂੰ ਅੱਗ ਲਗਾ ਦਿੱਤੀ ਜਾਏਗੀ, ਪਟਾਕਿਆਂ ਦਾ ਜਿਹੜਾ ਧਮਾਕੇ ਉਹਦੀ ਗੂੰਜ ਹੈ ਜਿਹੜੀ ਪੂਰੇ ਅਸਮਾਨ ਦੇ ਵਿੱਚ ਦੇਖੀ ਜਾਏਗੀ। ਪਰ ਕੀ ਜ਼ਮੀਨ ਜਾਇਦਾਦ ਆਪਣੀ ਵੇਚ ਕੇ ਉਹ ਪੁਤਲਾ ਬਣਾਉਣਾ ਇੰਨਾ ਜ਼ਰੂਰੀ ਸੀ ਕਿ ਉਹ ਚੰਗੇ ਕੰਮ ਵਾਸਤੇ ਯੂਜ਼ ਹੋ ਸਕਦਾ ਸੀ? ਇਹੀ ਜਾਣਾਂਗੇ ਸਾਡੇ ਅੱਜ ਦੇ ਯੂਥ ਦੇ ਕੋਲੋਂ ਦੀ, ਤਾਂ ਇੰਤਜ਼ਾਰ ਕਿਸ ਗੱਲ ਦਾ? ਚੱਲਦੇ ਹਾਂ ਸਾਡੇ ਯੂਥ ਦੇ ਕੋਲ। ਸਰ, ਦੁਸਹਿਰਾ ਕਿਉਂ ਮਨਾਇਆ ਜਾਂਦਾ ਪਹਿਲਾਂ ਤਾਂ ਸਾਨੂੰ ਇਹ ਦੱਸੋ। ਰਾਵਣ ਕਾ ਸਭਸੇ ਬੜਾ ਪੁਤਲਾ ਕਹਾਂ ਪੇ ਬਣ ਰਿਹਾ? ਆਪਕੋ ਪਤਾ ਅੰਮ੍ਰਿਤਸਰ 'ਚ ਕਿੰਨੇ ਲੋਕਾਂ ਦੀ ਜਾਣ ਗਈ ਸੀ ਇਸ ਚੀਜ਼ ਦੇ ਨਾਲ, ਅਤੇ ਫਿਰ ਵੀ ਲੋਕ ਮਤਲਬ ਇਸ ਤੋਂ ਸੇਧ ਕੋਈ ਨਹੀਂ ਲੈਂਦੇ, ਤਾਂ ਇਹਦੇ 'ਚ ਅੱਛਾ ਕੀ ਹੈ? ਮੈਨੂੰ ਇਹ ਜਾਣਨਾ ਚਾਹੂੰਗੀ ਮੈਂ। ਜਿਹਨੇ ਇਹ ਰਾਵਣ ਦਾ ਪੁਤਲਾ ਬਣਾਇਆ, ਉਹਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਇਹ ਪੁਤਲਾ ਬਣਾਇਆ ਰਾਵਣ ਦਾ, ਕਿੰਨਾ ਕੁ ਤੁਹਾਨੂੰ ਇਹ ਸਹੀ ਲੱਗਦਾ ਵੀ ਆਪਣੀ ਜ਼ਮੀਨ ਜਾਇਦਾਦ ਵੇਚ ਦੇਣਾ, ਲੱਖਾਂ ਰੁਪਏ ਲਗਾ ਦੇਣੇ ਸਿਰਫ ਇੱਕ ਰਾਵਣ ਦਾ ਪੁਤਲਾ ਬਣਾਉਣ ਦੇ ਲਈ? ਕਿੰਨਾ ਕੁ ਸਹੀ ਲੱਗਦਾ ਯੂਥ ਨੂੰ? ਅਗਰ ਸ਼ੋਰਟ ਮੈਂ ਬਤਾਉਣਾ ਹੋ ਤਾਂ ਦੁਸਹਿਰਾ ਕਿਉਂ ਮਨਾਇਆ ਜਾਂਦਾ? ਓਕੇ, ਦੁਸਹਿਰਾ ਇਸ ਲਈ ਮਨਾਇਆ ਜਾਂਦਾ ਹੈ ਕਿਉਂਕਿ ਇਸ ਦਿਨ ਹਮਾਰੇ ਭਗਵਾਨ ਰਾਮ ਨੇ ਰਾਵਣ ਘਰ ਉਸਕੀ ਪੂਰੀ ਜਿਤਨੀ ਵੀ ਉਸਕੀ ਸੈਨਾ ਉਸਕਾ ਵਧ ਕੀਆ ਥਾ। ਦੁਸਹਿਰਾ ਆਪਣਾ ਜਿਹੜਾ ਰਾਮ ਜੀ ਸੀਗੇ ਅਤੇ ਆਪਣਾ ਉਹਨਾਂ ਦਾ ਰਾਵਣ ਦਾ ਯੁੱਧ ਹੋਇਆ ਸੀ ਅਤੇ ਉਹ ਆਪਣਾ ਰਾਵਣ ਵਿੱਚ ਮਾਰਿਆ ਗਿਆ ਸੀ। ਝੂਠ ਅਤੇ ਸੱਚ ਦੀ ਜਿੱਤ ਪਾਉਣ ਵਾਸਤੇ ਜਿੱਦਾਂ ਭਗਵਾਨ ਰਾਮ ਅਯੋਧਿਆ ਦਾ ਬਨਵਾਸ ਕੱਟ ਕੇ ਆਏ ਸੀ ਉਹਦੀ ਖੁਸ਼ੀ ਦੇ ਵਿੱਚ ਮਤਲਬ ਦੁਸਹਿਰਾ ਅਸੀਂ ਸੈਲੀਬ੍ਰੇਟ ਕਰਦੇ ਹਾਂ। ਦੁਸਹਿਰਾ ਇੱਕ ਬੁਰਾਈ ਦੇ ਉੱਪਰ ਅੱਛਾਈ ਦੀ ਜੀਤ ਹੈ, ਇਸ ਕਰਕੇ ਦੁਸਹਿਰਾ ਜਿਹੜਾ ਹੈ ਕਿ ਇੱਕ ਸਿੰਬਲ ਹੈ ਕਿ ਜਦੋਂ ਅਸੀਂ ਦੁਸਹਿਰਾ ਮਨਾਉਂਦੇ ਹਾਂ ਅਸੀਂ ਇਹ ਸਾਬਿਤ ਕਰਨਾ ਚਾਹੁੰਦੇ ਕਿ ਸਮਾਜ ਦੀਆਂ ਜਿਹੜੀਆਂ ਬੁਰਾਈਆਂ ਹੈਗੀਆਂ ਉਹਨਾਂ ਨੂੰ ਖਤਮ ਕਰਕੇ ਹਮੇਸ਼ਾ ਅੱਛਾਈ ਦੀ ਹੀ ਜੀਤ ਹੁੰਦੀ ਹੈ। ਰਾਵਣ ਕਾ ਸਭਸੇ ਬੜਾ ਪੁਤਲਾ ਕਹਾਂ ਪੇ ਬਣ ਰਿਹਾ? ਆਪਕੋ ਪਤਾ? ਦਿੱਲੀ, ਮੁੰਬਈ, ਚੰਡੀਗੜ੍ਹ। ਚੰਡੀਗੜ੍ਹ, ਓਕੇ, ਸੋਰੀ, ਓਕੇ। ਚੰਡੀਗੜ੍ਹ ਦੇ ਵਿੱਚ 200 ਫੁੱਟ ਦਾ
ਕੋਸ਼ਿਸ਼ ਕਰਦੇ ਹਾਂ ਕਿ ਜਿੰਨੀਆਂ ਦੁਨੀਆਂ ਦੇ ਉੱਤੇ ਜਾਂ ਸਾਡੇ ਸਮਾਜ ਦੀਆਂ ਬੁਰਾਈਆਂ ਹੈਗੀਆਂ ਉਹ ਖਤਮ ਕਰਨ ਵਾਸਤੇ ਅਸੀਂ ਇੱਕ ਸਿੰਬੋਲਿਕ ਫੈਸਟੀਵਲ ਬਣਾਇਆ ਅਤੇ ਉਸ ਦੇ ਵਾਸਤੇ ਇਹ ਹੈ ਕਿ ਅਗਰ ਅਸੀਂ ਇਹ ਦੁਨੀਆਂ ਨੂੰ ਸਾਬਿਤ ਕਰਨਾ ਚਾਹੁੰਦੇ ਹਾਂ ਕਿ ਅੱਜ ਵੀ ਅੱਛਾਈ ਦੀ ਹੀ ਜੀਤ ਹੋਏਗੀ ਔਰ ਬੁਰਾਈ ਜਿਹੜੀ ਹੈ ਹਮੇਸ਼ਾ ਖਤਮ ਹੋਣੀ ਹੈ, ਨਾਸ਼ਵਾਨ ਹੈ। ਬੁਰਾਈ ਜਿੰਨੀ ਮਰਜ਼ੀ ਵੱਡੀ ਹੋ ਜਾਵੇ, ਬੁਰਾਈ ਦੀ ਹਾਰ ਹੋਣੀ ਹੋਣੀ। ਤੋ ਜਿਸਨੇ ਇਹ ਰਾਵਣ ਕਾ ਪੁਤਲਾ ਬਣਾਇਆ, ਉਸਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਬਣਵਾਇਆ। ਸੋ ਮੈਂ ਬਸ ਇਹ ਪੁੱਛਣਾ ਚਾਹਤੀ ਹੂੰ ਕਿ ਉਸਨੇ ਸਭਸੇ ਬੜਾ ਰਾਵਣ ਜੋ ਬਣਾਇਆ ਹੈ, 221 ਫੁੱਟ ਕਾ ਰਾਵਣ, ਆਪਕੋ ਕਿਆ ਲਗਤਾ ਹੈ ਕਿ ਆਪਣੀ ਜ਼ਮੀਨ ਜਾਇਦਾਦ ਵੇਚਣਾ ਸਿਰਫ ਇੱਕ ਰਾਵਣ ਬਣਾਉਣੇ ਕੇ ਲੀਏ ਕਿਤਨਾ ਸਹੀ ਹੈ ਜਾਂ ਕਿਤਨਾ ਗਲਤ? ਨਹੀਂ, ਬਿਲਕੁਲ ਗਲਤ ਹੈ ਇਹ ਚੀਜ਼। ਇਸਸੇ ਬੈਟਰ ਅਗਰ ਵੋ ਲੋਗੋ ਮੇਂ ਮੈਸੇਜ ਪਹੁੰਚਾ ਪਾਤਾ ਕਿਸੀ ਔਰ ਵੇਸ ਸੇ ਕਿ ਜੋ ਆਪਣੇ ਅੰਦਰ ਕੇ ਡੈਵਿਲ ਆਪ ਉਸਕੋ ਕਮ ਕਰੇ, ਆਪਣੇ ਅੰਦਰ ਕੀ ਜੋ ਵਿਕਾਰ ਹੈ ਉਨਕੋ ਕਮ ਕਰੇ, ਤੋ ਜ਼ਿਆਦਾ ਬੈਟਰ ਹੋਤਾ। ਅੱਛਾ, ਇੱਕ ਚੀਜ਼ ਤੁਸੀਂ ਦੇਖੀ ਹੋਣੀ ਕਿ ਹਰ ਵਾਰ ਦੁਸ਼ਹਿਰੇ 'ਤੇ, ਮਤਲਬ ਪਿਛਲੇ ਕਈ ਸਾਲਾਂ ਤੋਂ ਹਰ ਵਾਰ ਇਹ ਚੀਜ਼ ਮੀਡੀਆ 'ਤੇ ਬੜੀ ਹਾਈਲਾਈਟ ਕਰਕੇ ਦਿਖਾਈ ਜਾਂਦੀ ਕਿ ਸਭ ਤੋਂ ਵੱਡਾ ਰਾਵਣ ਕਿੱਥੇ ਬਣਿਆ, ਦੇਸ਼ 'ਚ ਕਿਹੜੀ ਜਗ੍ਹਾ 'ਤੇ ਸਭ ਤੋਂ ਵੱਡਾ ਰਾਵਣ ਬਣਿਆ। ਮਤਲਬ ਕਿ ਰਾਵਣ ਦਾ ਕੱਦ ਇੰਨਾ ਉੱਚਾ ਬਣਾਉਣਾ, ਹਰ ਸਾਲ ਵੱਡਾ ਰਾਵਣ ਬਣਾਉਣਾ, ਇਹਦੇ ਨਾਲ ਕੀ ਸਾਬਿਤ ਹੁੰਦਾ? ਇਹਦੇ ਨਾਲ ਇਹ ਹੈ ਕਿ ਦੇਖੋ, ਅਗਰ ਤਾਂ ਆਉਣ ਵਾਲੇ ਟਾਈਮ ਦੇ ਵਿੱਚ ਅੱਛਾਈ ਦੀ ਬਹੁਤ ਆਤ ਅੱਛਾਈ ਵੱਧ ਰਹੀ ਹੈ ਤਾਂ ਫਿਰ ਤਾਂ ਐਡਾ ਵੱਡਾ ਰਾਵਣ ਬਣਾਉਣ ਦੀ ਲੋੜ ਨਹੀਂ। ਅਗਰ ਬੁਰਾਈ ਹੀ ਵੱਧ ਰਹੀ ਹੈ ਤਾਂ ਇਸ ਕਰਕੇ ਵੱਡੇ ਤੋਂ ਵੱਡਾ ਰਾਵਣ ਬਣਾਉਣ ਦੀ ਲੋੜ ਹੈ ਕਿ ਬੁਰਾਈ ਨੂੰ ਖਤਮ ਕਰਨਾ ਹੈ। ਉਹਦੇ ਵਾਸਤੇ ਅੱਛਾਈ ਦੀ ਜ਼ਿਆਦਾ ਜ਼ਰੂਰਤ ਹੈ, ਅੱਛਾਈ ਦੀ ਜਿੱਤ ਹੋਣੀ ਚਾਹੀਦੀ ਹੈ। ਇਸ ਕਰਕੇ ਬੁਰਾਈ ਨੂੰ ਵੱਡਾ ਕਰਕੇ ਔਰ ਖਤਮ ਕਰਕੇ ਦਿਖਾਉਣਾ ਹੈ। ਮੇਰੀ ਦੀ ਮਨ ਜੋ ਸਿਗਨੀਫਾਈ ਕੀ ਹੈ, ਇਤਨਾ ਬੜਾ ਡੈਵਿਲ ਬਣਾ ਕੇ ਉਸਕੋ ਨਾਸ਼ ਕਰ ਰਹੇ ਹੈ, ਸ਼ਾਇਦ ਇਸ ਲਈ ਉਹ ਇਤਨਾ ਬੜਾ ਪੁਤਲਾ ਜਾਂ ਉਸਕੋ ਸਿੰਬਲਾਈਜ਼ ਕਰਨ ਕੇ ਲਈ ਕਿ ਇਤਨਾ ਬੜਾ ਡੈਵਿਲ ਕਰਕੇ ਹਮਨੇ ਉਸਕੋ ਵੱਧ ਕੀਆ, ਉਸਕੋ ਖਤਮ ਕੀਆ, ਬਟ ਓਬਵੀਅਸਲੀ ਦਿਸ ਇਜ਼ ਰੋਂਗ। ਮੇਰਾ ਸਵਾਲ ਹੁਣ ਇੱਥੇ ਹੈ ਵੀ ਕੀ ਜਦੋਂ ਵੀ ਆਪਾਂ ਰਾਵਣ ਨੂੰ ਅੱਗ ਲਾਉਂਦੇ ਹਾਂ, ਜਦੋਂ ਵੀ ਰਾਵਣ ਨੂੰ ਮਾਰਦੇ ਹਾਂ ਇਸ ਤਰੀਕੇ ਨਾਲ, ਬੰਬ ਉਸ 'ਚ ਪਾ ਕੇ ਉਹਨੂੰ ਫੋੜਦੇ ਹਾਂ, ਤਾਂ ਉਹਦੇ ਨਾਲ ਕੀ ਬੁਰਾਈ ਖਤਮ ਹੁੰਦੀ ਹੈ? ਬੁਰਾਈ ਖਤਮ ਨਹੀਂ ਹੁੰਦੀ, ਲੇਕਿਨ ਸਾਡੇ ਵਿੱਚ ਇੱਕ ਭਾਵਨਾ ਜਾਗਦੀ ਹੈ। ਅਸੀਂ ਇੱਕ ਉਸ ਨੂੰ ਅੱਛੀ ਚੀਜ਼ ਸਮਝ ਕੇ ਇੱਕ ਰਿਪ੍ਰਜੈਂਟੇਸ਼ਨ ਦਿੰਦੇ ਹਾਂ, ਇੱਕ ਸਿੰਬਲ ਦਿੰਦੇ ਹਾਂ ਕਿ ਇਹ ਜਿਹੜੀ ਬੁਰਾਈ ਹੈ ਅੱਜ ਵੀ ਖਤਮ ਹੋਏਗੀ ਔਰ ਆਉਣ ਵਾਲੇ ਟਾਈਮ ਦੇ ਵਿੱਚ ਵੀ ਖਤਮ ਹੋਏਗੀ। ਇਸ ਕਰਕੇ ਇਹਨੂੰ ਅਸੀਂ ਹਮੇਸ਼ਾ ਖਤਮ ਕਰਨਾ ਹੈ, ਲੋਕਾਂ ਨੂੰ ਪ੍ਰੋਤਸਾਹਿਤ ਕਰਦੇ ਹਾਂ ਔਰ ਇੱਕ ਇਨਕਰੇਜਮੈਂਟ ਯੂਥ ਦੇ ਵਿੱਚ ਲੈ ਕੇ ਆਉਂਦੇ ਹਾਂ ਕਿ ਤੁਸੀਂ ਵੀ ਦੇਖੋ ਕਿ ਇਹ ਅੱਛਾਈ ਹਮੇਸ਼ਾ ਜਿੰਦਾ ਰਹੇਗੀ ਔਰ ਬੁਰਾਈ ਹਮੇਸ਼ਾ ਖਤਮ ਹੋਏਗੀ। ਜਿਵੇਂ ਕਿ ਤੁਸੀਂ ਕਿਹਾ ਕਿ ਇੱਕ ਸਿੰਬਲ ਹੁੰਦਾ, ਤਾਂ ਅਸੀਂ ਉਸ ਸਿੰਬਲ ਨੂੰ ਘੱਟ ਪੈਸਿਆਂ 'ਚ ਜਾਂ ਛੋਟਾ ਕਰਕੇ ਵੀ ਦਿਖਾ ਸਕਦੇ ਹਾਂ, ਵੀ ਜ਼ਰੂਰੀ ਹੈ ਕਿ ਅਸੀਂ ਜਿੰਨਾ ਵੱਡਾ ਰਾਵਣ ਬਣਾਵਾਂਗੇ ਓਨਾ ਹੀ ਪਤਾ ਲੱਗੇਗਾ ਕਿ ਇੰਨੀ ਬੁਰਾਈ ਹੈ ਜਾਂ ਇੰਨੀ ਅੱਛਾਈ? ਨਹੀਂ, ਹਾਂ ਉਹ ਚੀਜ਼ ਅਲੱਗ ਹੈ, ਲੇਕਿਨ ਇਹ ਹੈ ਕਿ ਇੱਕ ਰੀਤ ਚੱਲੀ ਹੋਈ ਆ ਰਹੀ ਹੈ, ਇੱਕ ਸਾਡੇ ਕੋਲ ਪੁਰਾਣਾ ਟ੍ਰੈਡੀਸ਼ਨ ਹੈ, ਉਸ ਟ੍ਰੈਡੀਸ਼ਨ ਨੂੰ ਅਸੀਂ ਕਾਇਮ ਰੱਖਿਆ ਹੋਇਆ, ਲੇਕਿਨ ਹੋਰ ਵੀ ਤਰੀਕੇ ਹੋ ਸਕਦੇ ਆ, ਈਕੋ ਫਰੈਂਡਲੀ ਤਰੀਕੇ ਵੀ ਹੋ ਸਕਦੇ ਆ, ਲੇਕਿਨ ਇਹ ਇੱਕ ਸਾਡਾ ਇੰਡੀਅਨ ਟ੍ਰੈਡੀਸ਼ਨਸ ਦੇ ਨਾਲ ਇੱਕ ਫੈਸਟੀਵਲ ਜੁੜਿਆ ਹੋਇਆ ਜਿਹੜਾ ਕਿ ਉਹ ਜ਼ਿਆਦਾ ਸਾਨੂੰ ਅਸੀਂ ਟ੍ਰੈਡੀਸ਼ਨਲੀ ਮਨਾਉਂਦੇ ਹਾਂ। ਅੰਮ੍ਰਿਤਸਰ 'ਚ ਕਿੰਨੇ ਲੋਕਾਂ ਦੀ ਜਾਣ ਗਈ ਸੀ ਇਸ ਚੀਜ਼ ਦੇ ਨਾਲ, ਅਤੇ ਫਿਰ ਵੀ ਲੋਕ ਮਤਲਬ ਇਸ ਤੋਂ ਸੇਧ ਕੋਈ ਨਹੀਂ ਲੈਂਦੇ, ਤਾਂ ਇਹਦੇ 'ਚ ਅੱਛਾ ਕੀ ਹੈ? ਮੈਨੂੰ ਇਹ ਜਾਣਨਾ ਚਾਹੂੰਗੀ ਮੈਂ। ਨਹੀਂ, ਅੱਛਾ ਇਹ ਹੈ ਮੈਮ ਕਿ ਜਿਸ ਵੇਲੇ ਲੋਕ ਇੱਕ ਸਿੰਬਲ ਨੂੰ ਆਪਣੇ ਪੈਸ਼ਨ ਨੂੰ ਜਾਂ ਆਪਣੇ ਅੰਦਰ ਦੀ ਭਾਵਨਾ ਨੂੰ ਜ਼ਾਹਿਰ ਕਰਨਾ ਹੈ ਔਰ ਜਦੋਂ ਜ਼ਿਆਦਾ ਤੋਂ ਜ਼ਿਆਦਾ ਲੋਕ ਸਮਝਣ ਦੇ ਉਸ ਚੀਜ਼ ਨੂੰ, ਤਾਂ ਉਹ ਜਿਹੜੀ ਚੀਜ਼ ਹੈਗੀ ਹੈ, ਚਲੋ ਥੋੜ੍ਹਾ ਜਿਹਾ ਈਕੋ ਫਰੈਂਡਲੀ ਨਾ ਹੋ ਕੇ, ਲੇਕਿਨ ਜਦੋਂ ਮਾਸ ਮੀਡੀਆ ਤੱਕ ਲੋਕਾਂ ਤੱਕ ਖਬਰ ਪਹੁੰਚਦੀ ਹੈ ਉਸ ਵੇਲੇ ਤੱਕ ਇਹ ਬਹੁਤ ਅੱਛੀ ਚੀਜ਼ ਹੋ ਜਾਂਦੀ ਹੈ ਕਿ ਉਹਨਾਂ ਨੇ ਆਪਣਾ ਮਿਸ਼ਨ ਪੂਰਾ ਕੀਤਾ। ਜਿਸ ਬੰਦੇ ਨੇ ਆਪਣੇ ਸਾਰੀ ਇਨਵੈਸਟਮੈਂਟ ਕਰਕੇ ਇਹ ਕੰਮ ਕੀਤਾ, ਮੈਂ ਉਹਨੂੰ ਕੰਗਰੈਚੁਲੇਟ ਕਰਦਾ, ਲੇਕਿਨ ਉਹਨੇ ਬਹੁਤ ਮਾਸ ਮੀਡੀਆ ਤੱਕ ਸ਼ਾਇਦ ਇੰਟਰਨੈਸ਼ਨਲੀ ਇਹ ਖਬਰ ਨੂੰ ਰੇਜ਼ ਕੀਤਾ ਹੈ ਕਿ ਬੁਰਾਈ ਜਿਹੜੀ ਹੈ ਹਮੇਸ਼ਾ ਖਤਮ ਹੋਏਗੀ, ਅਤੇ ਇਹ ਜਿਹੜੀ ਚੀਜ਼ ਹੈ ਇੱਕ ਹੋਰ ਵੀ ਅੱਛੇ ਤਰੀਕੇ ਨਾਲ ਕਰ ਸਕਦੇ ਸੀ, ਲੇਕਿਨ ਇਹ ਉਹਨਾਂ ਦਾ ਆਪਣਾ ਵਿਊ ਹੈ।
ਮੈਮ ਦਾ ਵਿਊ ਪੁਆਇੰਟ ਅਲੱਗ ਹੈ ਉਹਨਾਂ ਦਾ ਜ਼ਰੂਰ ਬਿਲਕੁਲ ਮੇਰਾ ਵਿਊ ਪੁਆਇੰਟ ਅਲੱਗ ਹੈ ਮੈਂ ਇਹ ਕਹਿਤੀ ਹੂੰ ਕਿ ਜਿਤਨਾ ਪੈਸਾ ਉਸਨੇ ਇਸ ਚੀਜ਼ ਕੇ ਉੱਪਰ ਲਗਾਇਆ ਯਹੀ ਅਗਰ ਕਿਸੀ ਕੀ ਸੇਵਾ ਮੇਂ ਇੰਡੀਆ ਕੀ ਅਪਲਿਫਟਮੈਂਟ ਮੇਂ ਲਗਾ ਦੇਤੇ ਤੋ ਬਹੁਤ ਬੈਟਰ ਹੋਤਾ ਇਟ ਹੈਜ਼ ਰੇਜ਼ ਸੋ ਮਚ ਆਫ ਏਅਰ ਪੋਲਿਊਸ਼ਨ ਐਂਡ ਇਟ ਇਜ਼ ਜਸਟ ਕਿ ਬਈ ਉਹ ਆਪਣੇ ਜਨੂਨ ਕੋ ਆਪਣੇ ਆਪ ਕੋ ਦਿਖਾਵਾ ਕਰਨੇ ਕੇ ਲਈ ਕਿ ਮੈਂ ਔਰ ਵੀ ਬੜਾ ਕਰ ਸਕਤਾ ਹੂੰ ਔਰ ਵੀ ਬੜਾ ਕਰ ਸਕਤਾ ਹੂੰ ਯੋ ਇੱਕ ਸ਼ੋਅ ਆਫ ਹੈ ਔਰ ਕੁਛ ਵੀ ਨਹੀਂ ਹੈ ਅਦਰਵਾਈਜ਼ ਕਿਆ ਕਹਿਤੇ ਹੈ ਪੋਲਿਊਸ਼ਨ ਲੈਵਲ ਵੀ ਹੈ ਪਬਲਿਕ ਕੇ ਲੀ ਇਹ ਇੰਟਰਸਟ ਠੀਕ ਹੈ ਬੁਰਾਈ ਕੋ ਅੱਛਾਈ ਪਰ ਉਸ ਬੁਰਾਈ ਕੋ ਅੱਛਾਈ ਸੇ ਜ਼ਰੂਰੀ ਨਹੀਂ ਹੈ ਹਮਨੇ ਜਿਤਨਾ ਬੜਾ ਰਾਵਣ ਬਣਾਇਆ ਉਤਨੀ ਅੱਛੇ ਤਰੀਕੇ ਸੇ ਹਮ ਉਸਕੋ ਕਰ ਸਕਤੇ ਹੈ ਹਮ ਅੱਛੇ ਕਾਮ ਕਰਕੇ ਵੀ ਦਿਖਾ ਸਕਤੇ ਹੈ ਕਿ ਬਈ ਹਮਨੇ ਯਹ ਕਾਮ ਕੀਆ ਜ਼ਰੂਰੀ ਨਹੀਂ ਹੈ ਕਿ ਰਾਵਣ ਕੋ ਜਲਾਨਾ ਆਗ ਲਗਾਨਾ ਪਟਾਕੇ ਚਲਾਨਾ ਉਸੀ ਕੇ ਸਾਥ ਹੀ ਹਮ ਇਹ ਚੀਜ਼ ਦਿਖਾ ਸਕਤੇ ਹੈ ਇਨਫੈਕਟ ਵੋ ਜੋ ਜ਼ਮੀਨ ਜਾਇਦਾਦ ਹੈ ਉਸਕੋ ਕਿਸੀ ਔਰ ਯੂਟੀਲਾਈਜ਼ੇਸ਼ਨ ਮੇਂ ਕਰਤਾ ਔਰ ਲੋਗੋਂ ਕੀ ਦੁਆਏ ਮਿਲਤੀ ਵੋ ਵੀ ਮੀਡੀਆ ਮੇਂ ਆ ਜਾਤਾ ਤੇ ਹੁਣ ਫੇਰ ਦੁਸ਼ਹਿਰਾ ਇਸ ਸਾਲ ਲੋਕਾਂ ਨੇ ਸੇਧ ਲਿੱਤੀ ਉਸ ਤੋਂ ਤੁਹਾਨੂੰ ਲੱਗਦਾ ਵੀ ਪਿਛਲੀ ਵਾਰ ਇੰਨਾ ਵੱਡਾ ਜਿਹੜਾ ਹਾਦਸਾ ਹੋਇਆ ਸੀਗਾ ਇਸ ਵਾਰ ਕੁਛ ਤੁਹਾਨੂੰ ਲੱਗਦਾ ਵੀ ਕੁਛ ਬਦਲਾਵ ਆਇਆ ਨਹੀਂ ਮੈਨੂੰ ਤਾਂ ਕੁਛ ਲੱਗ ਨਹੀਂ ਰਿਹਾ ਵੀ ਕੋਈ ਬਦਲਾਵ ਆਇਆ ਕਿਉਂਕਿ ਉਹੀ ਇੱਕ ਦੋ ਮਹੀਨੇ ਵਾਸਤੇ ਲੋਕ ਯਾਦ ਕਰਦੇ ਆ ਸਾਰੇ ਭੁੱਲ ਭੱਲ ਜਾਂਦੇ ਆ ਫਿਰ ਉਹੀ ਗੱਲਾਂ ਹੋ ਜਾਂਦੀਆਂ ਸਾਰਾ ਸਿਸਟਮ ਉੱਥੇ ਖੜਿਆ ਤੁਹਾਨੂੰ ਲੱਗਦਾ ਕਿ ਇੱਥੇ ਕਿਤੇ ਨਾ ਕਿਤੇ ਪ੍ਰਸ਼ਾਸਨ ਦੀ ਵੀ ਵੱਡੀ ਗਲਤੀ ਹੁੰਦੀ ਹੈ ਕਿਉਂਕਿ ਕਿਸਾਨ ਜਦੋਂ ਪਰਾਲੀ ਨੂੰ ਅੱਗ ਲਾਉਂਦੇ ਆ ਉਦੋਂ ਕਹਿੰਦੇ ਕਿ ਬਹੁਤ ਜ਼ਿਆਦਾ ਪੋਲਿਊਸ਼ਨ ਹੋ ਰਿਹਾ ਪਰ ਜਦੋਂ ਇੱਦਾਂ ਤਿਉਹਾਰਾਂ 'ਤੇ ਪਟਾਕੇ ਫੋੜਦੇ ਨੇ ਉਦੋਂ ਬਿਲਕੁਲ ਪਰਮਿਸ਼ਨ ਲੈ ਕੇ ਇਹ ਚੀਜ਼ ਕੀਤੀ ਜਾਂਦੀ ਹੈ ਉਦੋਂ ਪ੍ਰਸ਼ਾਸਨ ਨਹੀਂ ਸੋਚਦਾ ਕਿ ਬੇਸ਼ੱਕ ਅਸੀਂ ਪਰਮਿਸ਼ਨ ਜਿਸ ਚੀਜ਼ ਵਾਸਤੇ ਦੇ ਰਹੇ ਹਾਂ ਉਹਦੇ ਨਾਲ ਵੀ ਪੋਲਿਊਸ਼ਨ ਹੋਏਗਾ ਡੈਫੀਨੇਟਲੀ ਪੋਲੀਟਿਕਸ ਤੋਂ ਇਨਵੋਲਵਡ ਹੈ ਹੀ ਹੈ ਜਹਾਂ ਪਰ ਇਹ ਚੀਜ਼ ਆਤੀ ਹੈ ਤਾਂ ਪੋਲੀਟੀਸ਼ੀਅਨਸ ਵੀ ਆਪਣਾ ਬੈਨੀਫਿਟ ਦੇਖਤੇ ਹੈ ਉਨਕੋ ਆਪਣੇ ਵੋਟਿੰਗ ਰਾਈਟਸ ਚਾਹੀਏ ਤੋ ਇਸੀ ਲਈ ਦੇ ਸੇ ਯੈਸ ਟੂ ਇਟ ਅਭੀ ਵੀ ਮਨਾ ਕਰਾ ਨਾ ਉਹਨਾਂ ਨੇ ਕਿਸਾਨੋਂ ਕੋ ਕਿ ਆਪਣੇ ਭੂਸੇ ਕੋ ਆਗ ਨਹੀਂ ਲਗਾਨੀ ਹੈ ਇਹ ਸਾਰੀ ਚੀਜ਼ੇ ਕਰਟੇਲ ਕਰੀਆਂ ਹੈ ਦੈਟ ਮਚ ਆਈ ਨੋ ਅਬਾਊਟ ਪੋਲੀਟਿਕਸ ਆਈ ਐਮ ਨੋਟ ਇਨ ਟੂ ਇਟ ਬਟ ਇਨ ਟੂ ਮੈਨਕਾਇੰਡ ਅਪਲਿਫਟਮੈਂਟ ਇਨ ਟੂ ਆਰ ਇੰਡੀਆਜ਼ ਅਪਲਿਫਟਮੈਂਟ ਕਿ ਪਾਣੀ ਕੀ ਕਮੀ ਸਾਰੀ ਚੀਜ਼ੇ ਖਤਮ ਹੋਤੀ ਜਾ ਰਹੀਆਂ ਏਅਰ ਪੋਲਿਊਸ਼ਨ ਈਵਨ ਨੋਇਜ਼ ਪੋਲਿਊਸ਼ਨ ਇਹ ਸਾਰੀ ਚੀਜ਼ੇ ਤੋ ਉਸਮੇ ਐਡ ਔਨ ਹੋਏਗੀ ਨਾ ਹਮਾਰੇ ਈਕੋ ਸਿਸਟਮ ਕੋ ਹਾਰਮ ਕਰ ਰਹੀ ਹੈ ਸਰ ਤੁਸੀਂ ਕੀ ਕਹਿਣਾ ਚਾਹੋ ਮੈਂ ਤਾਂ ਮੈਡਮ ਇਸਕੇ ਸਾਥ ਹੂੰ ਮਤਲਬ ਉਹਨਾਂ ਦੀ ਗੱਲਾਂ ਦੇ ਨਾਲ ਹੋ ਗਿਆ ਉਹਨਾਂ ਦੇ ਨਾਲ ਹੋ ਮੇਰਾ ਮੰਨਣਾ ਹੀ ਹੈ ਮੈਡਮ ਆਦਮੀ 1 ਰੁਪਏ ਖਰਚ ਕਰੇ 2 ਰੁਪਏ ਖਰਚ ਕਰੇ ਉਸੇ ਇੱਕ ਆਮ ਪਬਲਿਕ ਦੀ ਸੇਵਾ ਹੋਣੀ ਚਾਹੀਏ ਇਟ ਇਜ਼ ਨਥਿੰਗ ਕਿ ਬਦਲ ਮੈਨੇ ਰਾਵਣ ਜਲਾ ਦਿਆ ਰਾਵਣ ਮੈਨੇ ਬੜਾ ਕਰ ਦਿਆ ਉਸਕੋ ਜਲਾ ਕੇ ਮੈਨੇ ਆਪਣੀ ਪ੍ਰੋਪਰਟੀ ਵੇਚੀ ਜਾਂ ਜੋ ਮੈਨੇ ਜੋ ਪੈਸੇ ਮੈਨੇ ਇਕੱਠੇ ਕੀਏ ਥੇ ਉਸਕੋ ਮੈਨੇ ਵੇਚ ਕੇ ਰਾਵਣ ਬਣਾ ਦਿਆ ਇਟ ਇਜ਼ ਨਥਿੰਗ ਉਸਕੋ ਉਸ ਆਦਮੀ ਕੋ ਇਸੇ ਕੁਛ ਮਿਲਨੇ ਵਾਲਾ ਨਹੀਂ ਹੈ ਤਾਂ ਮੁਝੇ ਵੋ ਪੈਸੇ ਕਿਸੀ ਕੀ ਕੋਈ ਟਰੱਸਟ ਮੈਂ ਲਗਾਏ ਕੋਈ ਗਰੀਬ ਬੱਚੇ ਹੈ ਜੋ ਭੁੱਖੇ ਨੰਗੇ ਹੈ ਜਿਨਕੇ ਖਾਣੇ ਕੋ ਨਹੀਂ ਜਿਨਕੇ ਪਹਿਨਣੇ ਕੋ ਨਹੀਂ ਹੈ ਉਹ ਪੈਸੇ ਵਾਂ ਲਗਾਏ ਮੈਂ ਸਮਝਦਾ ਹੂੰ ਜੋ ਸ਼ੋਹਰਤ ਉਹ ਗੇਨ ਕਰਨਾ ਚਾਹ ਰਿਹਾ ਹੈ ਉਸੇ ਜ਼ਿਆਦਾ ਸ਼ੋਹਰਤ ਮਿਲੇਗੀ ਉਸ ਅਜੇ ਕੰਮ ਕਰ ਰਹੇ ਤਾਂ ਹੋਈਏ ਤੁਹਾਨੂੰ ਲੱਗਦਾ ਹੈ ਕਿ ਲੋਕ ਉਹਨਾਂ ਦੇ ਇਸ ਕੰਮ ਦੀ ਤਾਰੀਫਾਂ ਕਰ ਰਹੇ ਹੋਣਗੇ ਨੋਟ ਦ ਲੀਸਟ ਬਜਾਏ ਕਿ ਉਹ ਦੂਸਰਾ ਸਟੈਪ ਅਖਤਿਆਰ ਕਰਤਾ ਗਰੀਬ ਬੱਚੋਂ ਦੀ ਸਹਾਇਤਾ ਕਰਤਾ ਉਸੇ ਜ਼ਿਆਦਾ ਲੋਕ ਉਸ ਸਰਾਹਣਾ ਕਰਤੇ ਲੋਕ ਉਸ ਤੋਂ ਹੋਈਏ ਬਜਾਏ ਕਿ ਇਸ ਚੀਜ਼ ਖਤਮ ਹੋਈ ਤਾਂ ਜਿਸਨੇ ਇਹ ਰਾਵਣ ਦਾ ਪੁਤਲਾ ਬਣਾਇਆ ਉਸਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਬਣਵਾਇਆ ਸੋ ਮੈਂ ਬਸ ਇਹ ਪੁੱਛਣਾ ਚਾਹਤੀ ਹੂੰ ਕਿ ਉਸਨੇ ਸਭ ਸੇ ਬੜਾ ਰਾਵਣ ਜੋ ਬਣਾਇਆ ਹੈ 221 ਫੁੱਟ ਕਾ ਰਾਵਣ ਆਪਕੋ ਕਿਆ ਲਗਤਾ ਹੈ ਕਿ ਆਪਣੀ ਜ਼ਮੀਨ ਜਾਇਦਾਦ ਵੇਚਣਾ ਸਿਰਫ ਇੱਕ ਰਾਵਣ ਬਣਾਉਣ ਕੇ ਲਈ ਕਿਤਨਾ ਸਹੀ ਹੈ ਜਾਂ ਕਿਤਨਾ ਗਲਤ ਨਹੀਂ ਬਿਲਕੁਲ ਗਲਤ ਹੈ ਇਹ ਚੀਜ਼ ਇਸੇ ਬੈਟਰ ਅਗਰ ਉਹ ਲੋਕੋਂ ਮੇਂ ਮੈਸੇਜ ਪਹੁੰਚਾ ਪਾਤਾ ਕਿਸੀ ਔਰ ਵੇਸ ਸੇ ਕਿ ਜੋ ਆਪਣੇ ਅੰਦਰ ਕੇ ਜੋ ਡੈਵਿਲ ਆਪ ਉਸਕੋ ਕਮ ਕਰੇ ਆਪਣੇ ਅੰਦਰ ਕੀ ਜੋ ਵਿਕਾਰ ਹੈ ਉਨਕੋ ਕਮ ਕਰੇ ਤਾਂ ਉਹ ਜ਼ਿਆਦਾ ਬੈਟਰ ਹੋਤਾ ਆਪ ਕਿਆ ਕਹਿਣਾ ਚਾਹੀਏ ਗਲਤ ਕੀਆ ਅਗਰ ਉਹ ਪੈਸੇ ਵੋ ਚੈਰਿਟੀ ਮੇਂ ਦੇਤਾ ਹੈ ਤੋ ਜ਼ਿਆਦਾ ਅੱਛਾ ਹੋਤਾ ਓਕੇ ਜੈਸੇ ਕਿ ਮੈਨੇ ਕਿਹਾ ਕਿ ਹਰ ਸਾਲ ਇਹ ਬੜਾ ਚੜਾ ਕੇ ਦਿਖਾਇਆ ਜਾਤਾ ਹੈ ਕਿ ਸਭ ਸੇ ਬੜਾ ਰਾਵਣ ਕਾ ਪੁਤਲਾ ਕਹਾਂ ਪੇ ਬਣ ਰਿਹਾ ਹੈ ਤੋ ਇਸਕਾ ਕਿਆ ਸਿੰਬਲ ਹੈ ਸਭ ਸੇ ਬੜਾ ਰਾਵਣ ਕਾ ਪੁਤਲਾ ਬਣਾਉਣਾ ਕਿਉਂ ਹੈ ਮੇਰੀ ਦੀ ਮੌਨ ਜੋ ਸਿਗਨੀਫਾਈ ਕੀ ਹੈ ਇਤਨਾ ਬੜਾ ਡੈਵਿਲ ਬਣਾ ਕੇ ਉਸਕੋ ਨਾਸ਼ ਕਰ ਰਹੇ ਹੈ ਸ਼ਾਇਦ ਇਸ ਲਈ ਉਹ ਇਤਨਾ ਬੜਾ ਪੁਤਲਾ ਜਾਂ ਉਸਕੋ ਸਿੰਬਲਾਈਜ਼ ਕਰਨੇ ਕੇ ਲਈ ਕਿ ਇਤਨਾ ਬੜਾ ਡੈਵਿਲ ਕਰਕੇ ਹਮਨੇ ਉਸਕੋ ਵੱਧ ਕੀਆ ਉਸਕੋ ਖਤਮ ਕੀਆ ਬਟ ਓਬਵੀਅਸਲੀ ਦਿਸ ਇਜ਼ ਰੋਂਗ ਆਪ ਏਅਰ ਪੋਲਿਊਸ਼ਨ ਕਰ ਰਹੇ ਹੋ ਉਸੇ ਜੋ ਲੈਂਡਫਿਲ ਵਗੈਰਾ ਕ੍ਰੀਏਟ ਹੋਗਾ ਆਪ ਉਸੇ ਸੋਇਲ ਪੋਲਿਊਸ਼ਨ ਕਰ ਰਹੇ ਹੋ
उससे बेटर बहुत अलग अलग वेज में आप जागरूकता अवेयरनेस क्रिएट करके वैसे उस वेज में भी अच्छा काम कर सकते हो। आप क्या कहना चाहिए? कि इको फ्रेंडली रावण भी आते हैं वो जलाएं, जिसमें मतलब पटाखे नहीं होते हैं, और ये सब मटेरियलिस्टिक थिंग्स हमें नहीं करनी चाहिए, और स्वीट सिंपल वे में बनाना चाहिए। तो मैं हूँ थोड़ा तो ये जानना चाहवांगी भी जिस इंसान ने यह पुतला बनाया, उन्हें अपनी जमीन जायदाद तो वेच के यह पुतला बनाया रावण का, हाँ जी, थोनू ये चीज़ किन्नी सही लगती है भी जोड़े लखा रुपए उन्हें सिर्फ एक रावण का पुतला बनाने लाए जो कि एक दिन च फूकया जाएगा, उस तो बाद कोई लाभ नहीं होना, थोनू की लगता भी किन्ना क सही है? नहीं वैसे मेरे हिसाब से तो ठीक है नहीं गा, क्योंकि जे हुण आपां रावण छोटा भी बना सकते हैं तो रावण बड़ा भी बना सकते हैं, तो जे आपां लखां या करोड़ां रुपये लाइए भी पब्लिक का पैसा खराब करिए, उस गल च मैनूं तो कोई बेनीफिट लगता है नहीं गा। नहीं ये पब्लिक का पैसा नहीं है, वो अपना परसनल पैसा। नहीं परसनल पैसा भी इस काम च नहीं आपां नूं वैसे वो करना चाहिए, चलो चलो अपनी भावना है भी, भावना है भी चलो आप साल बाद कोई चीज़ मनाते हैं, पर इन्नी ज़्यादा भी नहीं होनी चाहिए भी आप अपना जो भी सारा वो है वो सिस्टम आप खराब कर लीए। लो जी जिमें कि तुम वेख्या कि अज गलत जी यूथ के हो रही ने और दशहरे को लेकर कि जोड़ा रावण है उन्होंने हमेशा ये होड़ लगती है कि जिन्ना व्डा रावण होएगा किस देश के सब तो व्डा किस जगह देश की किस जगह के सब तो व्डा रावण बनाया जाता है, इस बारे यूथ की की राय है, क्यों बनाया जाता है इन्ना व्डा रावण, वह सिंबल की है, इस बारे असं अज यूथ गलबात कर रहे हैं, पर इतने जोड़ा वेला हो गया निकी जी ब्रेक का, सो मुड़ वापस आने एक निकी जी ब्रेक तो बाद। ब्रेक तो बाद एक बार फिर तुहाडे सारयां दा निघा स्वागत है, तुसीं वेख रहे हो विजन पंजाब टीवी ते शो चल रहा है यूथ पावर, ते यूथ दे नाल अज असीं गलबात कर रहे हैं दशहरे दे मौके ते कि दशहरे ते जिहड़े रावण दा पुतला बनाया गया चंडीगढ़ च इस बार सब तो वड्डा पुतला बनाया गया 221 फुट दा, उह बनाउण दा कारण जिहड़ा कि जिस बंदे ने उह रावण बनाया उहने अपनी जमीन जायदाद तो वेच के रावण बनाया, कि इह श्रद्धा है उहदी या फिर एक जोश है एक जनून है, इसे बारे असीं गलबात कर रहे हैं यूथ दे नाल, सो चलदे हां उहनां वल। जिहने इह रावण दा पुतला बनाया उन्हें अपनी जमीन जायदाद वेच के यह पुतला बनाया रावण का, किन्ना थोनू यह सही लगता है भी अपनी जमीन जायदाद वेच देना लखा रुपये लगा देने सिर्फ एक रावण का पुतला बनाने लिए, किन्ना सही लगता है यूथ को? ये तो रावण साड़ के तो कोई फायदा नहीं, वैसे बंदे के अंदर तो मतलब बुराई खत्म की जाए ता ही है, तो फिर रावण साड़न की नीड भी नहीं हैगी। वैसे नहीं मैं लगता भी सही गल भी एड्डा सारा अपना बिजनेस बुनस मतलब जायदाद बेच के भी बना सही गल, क्योंकि ਐਡਾ ਵੀ ਉਹ ਨਹੀਂ ਹੈਗਾ ਹੁਣ ਵੀ ਚਲੋ ਰਾਵਣ ਫੂਕਦੇ ਹਾਂ, ਚਲੋ ਕੋਈ ਉਹ ਸਾਰੇ ਫੂਕਦੇ ਨੇ ਜੀ, ਪਰ ਇਹ ਸਹੀ ਨਹੀਂ ਹੈਗਾ ਮੇਰੇ ਹਿਸਾਬ ਨਾਲ ਤਾਂ। ਮਤਲਬ ਇਹ ਕਿਸੇ ਹੋਰ ਜਗ੍ਹਾ 'ਤੇ ਕਿਸੇ ਵਧੀਆ ਜਗ੍ਹਾ 'ਤੇ ਵੀ ਪੈਸੇ ਲੱਗ ਸਕਦੇ? ਹਾਂਜੀ ਜਾਣੇ ਇੱਕਣ ਮਤਲਬ ਮੈਡੀਕਲ ਫੈਸਿਲਿਟੀਜ਼ ਬਣਾ ਸਕਦੇ ਨੇ, ਹੋਰ ਐਜੂਕੇਸ਼ਨ ਸਿਸਟਮ ਚੇਂਜ ਕਰ ਸਕਦੇ ਨੇ ਵਧੀਆ। ਜਿਹਨੇ ਉਹ ਰਾਵਣ ਬਣਾਇਆ ਉਹਨੇ ਆਪਣੀ ਜ਼ਮੀਨ ਜਾਇਦਾਦ ਵੇਚ ਕੇ ਉਹ ਰਾਵਣ ਬਣਾਇਆ, ਕਿੰਨਾ ਕੁ ਸਹੀ ਲੱਗਦੀ ਹੈ ਤੁਹਾਨੂੰ ਇਹ ਚੀਜ਼ ਕਿ ਲੱਖਾਂ ਰੁਪਏ ਇੱਕ ਰਾਵਣ ਬਣਾ ਤੇ ਜਿਹੜਾ ਕਿ ਇੱਕ ਦਿਨ 'ਚ ਫੂਕਿਆ ਜਾਏਗਾ, ਮਤਲਬ ਕਿ ਇੱਕ ਤਰੀਕੇ ਨਾਲ ਆਪਣੇ ਪੈਸਿਆਂ ਨੂੰ ਅੱਗ ਲਾਉਣ ਵਾਲਾ ਹੀ ਕੰਮ, ਕਿੰਨਾ ਕੁ ਸਹੀ ਹੈ? ਠੀਕ ਕੀਤਾ ਕਿ ਨਹੀਂ? ਠੀਕ ਹੈ, ਠੀਕ ਹੀ ਨਹੀਂ ਹੈ, ਠੀਕ ਹੀ ਨਹੀਂ ਹੈ। ਅਸੀਂ ਜਿੰਨੇ ਪੈਸੇ ਅਸੀਂ ਬਿਵਾਈ ਖੇਡੇ ਐਵੇਂ ਐਵੇਂ ਵਿੱਚ ਉਨੇ ਹੀ ਅਸੀਂ ਗਰੀਬ ਔਖਾ ਨੂੰ ਜਾਂ ਕਿਸੇ ਅੱਛੇ ਕੰਮ ਵਿੱਚ ਹੀ ਆ ਸਕਦੇ ਹਾਂ, ਇਹ ਪੈਸਾ ਜਾਂ ਕਿਸੇ ਭੁੱਖੇ ਆਦਮੀ ਨੂੰ ਰੋਟੀ ਖਵਾਈਏ ਜਾਂ ਐਵੇਂ ਰੋਟੀ ਖਵਾਈਏ, ਅਸੀਂ ਪੈਸੇ ਵਿਵਸਥਾ ਜਾਂ ਬੇਸਮਝੇ ਹਾਂ। ਇਹਨਾਂ ਦਾ ਕਹਿਣਾ ਕਿ ਇਹ ਬਿਲਕੁਲ ਵੇਸਟੇਜ ਆਫ ਮਨੀ ਹੈ, ਕਿਸੇ ਭੁੱਖੇ ਨੂੰ ਖਾਣਾ ਖਵਾਇਆ ਜਾ ਸਕਦਾ, ਕਿਸੇ ਗਰੀਬ ਦਾ ਭਲਾ ਕੀਤਾ ਜਾ ਸਕਦਾ। ਹਾਂਜੀ ਜਾ ਸਕਦਾ, ਦੇਖੋ ਜੀ ਸਾਡਾ ਤਾਂ ਇਹੀ ਕਹਿਣਾ ਕਿ ਹਰ ਸਾਲ ਰਾਵਣ ਸਾੜਿਆ ਜਾਂਦਾ ਵੀ ਸਾਡੇ ਮੁਤਾਬਿਕ ਇਹ ਗਲਤ ਗੱਲ ਹੈ। ਕਿੰਨੇ ਸਾਲ ਹੋ ਗਏ ਦੇਖੋ ਤੁਸੀਂ ਦੇਖਦੇ ਦੁਨੀਆ ਵਿੱਚ ਇੰਨੀ ਵੇਸਟੇਜ ਹੈ ਕਿ ਜਿਹੜਾ ਕਿ ਅੱਜ ਕੱਲ੍ਹ ਦੇ ਜ਼ਮਾਨੇ 'ਚ ਇੰਨੇ ਲੋਕ ਬੇਰੁਜ਼ਗਾਰ ਫਿਰ ਰਹੇ ਆ, ਉਹਨਾਂ ਕੋਲ ਤਾਂ ਰੁਜ਼ਗਾਰ ਵੀ ਨਹੀਂ ਹੈ,
ਕਿ ਇੰਨੀ ਵੇਸਟੇਜ ਪਟਾਕਿਆਂ 'ਤੇ ਰਾਵਣ 'ਤੇ ਦੁਸ਼ਹਿਰੇ ਦੇ ਮੇਲੇ 'ਤੇ ਕਰਦੇ ਆ, ਅਸੀਂ ਤਾਂ ਇਸ ਨੂੰ ਸੱਚ ਕਹੀਏ ਤਾਂ ਫਜ਼ੂਲ ਸਮਝਦੇ ਹਾਂ। ਹੁਣ ਵੀ ਅਸੀਂ ਵੈਸੇ ਦੇਖ ਕੇ ਆਏ, ਲੋਕ ਕਹਿੰਦੇ ਜੀ ਇੰਨਾ ਉੱਚਾ ਰਾਵਣ ਬਣਾਇਆ ਇੱਥੇ ਧਨਾਸ ਵਿੱਚ, ਅਤੇ ਅਸੀਂ ਦੇਖਿਆ ਵੀ, ਮੈਂ ਕਿਹਾ ਦੇਖੋ ਜਿਹਨੇ ਬਣਾਇਆ ਚਲੋ ਉਹਦੀ ਅਸੀਂ ਤਾਰੀਫ ਵੀ ਕਰਦੇ, ਉਹਨੇ ਬਹੁਤ ਖੂਬਸੂਰਤੀ ਨਾਲ ਬੜੀ ਮਿਹਨਤ ਕਰਕੇ ਬਣਾਇਆ, ਪਰ ਇਹ ਜਿਹੜੀ ਮਿਹਨਤ ਕੀਤੀ ਹੈ ਨਾ ਉਹਨੇ, ਉਹੀ ਪੈਸਾ ਅਗਰ ਕਿਸੇ ਹੋਰ ਚੀਜ਼ 'ਤੇ ਲਗਾਉਂਦਾ, ਕਿਸੇ ਅੱਛੀ ਜਗ੍ਹਾ 'ਤੇ ਲਗਾਉਂਦਾ, ਜਿਸ ਤਰ੍ਹਾਂ ਲੋਕ ਬੁੱਢੇ ਘਰ ਮਾਂ ਬਾਪ ਨੂੰ ਛੱਡ ਰਹੇ ਹੈ, ਕੋਈ ਆਪਣੇ ਬੱਚਿਆਂ ਨੂੰ ਧੱਕਾ ਦੇ ਰਿਹਾ, ਕੋਈ ਮਾਂ ਬਾਪ ਬੱਚਿਆਂ ਨੂੰ ਧੱਕੇ ਦੇ ਰਿਹਾ, ਕੋਈ ਇਹੋ ਜਿਹੀ ਸੰਸਥਾ ਖੋਲ੍ਹ ਦਿੰਦਾ, ਕੋਈ ਅੱਛਾ ਕੰਮ ਕਰ ਦਿੰਦਾ, ਕੋਈ ਸਕੂਲ ਗਰੀਬਾਂ ਦੀ ਕਲੋਨੀ 'ਚ ਖੋਲ੍ਹ ਦਿੰਦਾ, ਕੋਈ ਹੋਰ ਵਧੀਆ ਕੰਮ ਕਰ ਦਿੰਦਾ, ਅਤੇ ਜਿਹੜੇ ਲੋਕ ਵਿਚਾਰੇ ਗਰੀਬ ਇੱਥੇ ਆਏ ਦੇ ਨੇ ਪਾਣੀ ਦੇ ਹੜ੍ਹਾਂ ਵਿੱਚੋਂ ਦਰਿਆਏ ਭੁੱਖੇ ਆਪਣਾ ਘਰ ਬਰਬਾਦ ਕਰਕੇ, ਉਹਨਾਂ 'ਤੇ ਲਗਾ ਦਿੰਦੇ, ਉੱਥੇ ਲੰਗਰ ਲਗਾ ਦਿੰਦੇ, ਉਹਨਾਂ ਵਾਸਤੇ ਲੋਕਾਂ ਕੋਲ ਪੈਸਾ ਨਹੀਂ। ਪਰ ਇਹੋ ਜਿਹੇ ਕੰਮਾਂ ਕਰਨ ਵਾਸਤੇ ਦੇਖੋ ਤੁਸੀਂ ਕਿ ਹਰ ਇੱਕ ਜਗ੍ਹਾ ਦੌੜ ਦੌੜ ਕੇ ਰਾਵਣ ਬਣਾਉਂਦੇ ਆ ਅਤੇ ਫੂਕਦੇ ਨੇ। ਹੁਣ ਆ ਗੁਰਦੁਆਰਿਆਂ ਦੇ ਵਿੱਚ ਦੇਖੋ ਤੁਸੀਂ ਜਾਓਗੇ, ਜਿੱਥੇ ਵੀ ਦੇਖੋਗੇ ਕੋਈ ਇਹੋ ਜਿਹਾ ਅਕਾਲ ਪੈ ਰਿਹਾ, ਕੁਛ ਹੋ ਰਿਹਾ, ਸਰਦਾਰਾਂ ਦੀ ਕੌਮ ਸਭ ਤੋਂ ਅੱਗੇ ਜਾ ਕੇ ਉੱਥੇ ਲੰਗਰ ਲਗਾਉਂਦੀ ਹੈ, ਗੁਰਦੁਆਰਿਆਂ 'ਚੋਂ ਲੰਗਰ ਪਕਾ ਕੇ ਲਗੇ। ਅੱਜ ਤੱਕ ਅਸੀਂ ਇਹ ਨਹੀਂ ਦੇਖ ਰਹੇ ਕਿ ਮੰਦਰਾਂ ਵਾਲੇ ਲੋਕ ਜਾ ਜਾ ਕੇ ਇੰਨਾ ਪੈਸਾ ਇਕੱਠਾ ਹੁੰਦਾ ਕਿ ਉੱਥੇ ਜਾ ਕੇ ਗਰੀਬਾਂ ਨੂੰ ਦਾਨ ਕਰਨ, ਜਿਹੜੇ ਵਿਚਾਰੇ ਪਤਾ ਨਹੀਂ ਕਿੰਨੇ ਕਿੰਨੇ ਦਿਨਾਂ ਦੇ ਨੰਗੇ ਫਿਰਨ ਡੇ ਬੱਚੇ ਉਹਨਾਂ ਦੇ, ਉਹਨਾਂ ਕੋਲ ਖਾਣ ਨੂੰ ਕੱਪੜਾ ਨਹੀਂ, ਉਹਨਾਂ ਦੇ ਘਰ ਰੁੜ ਗਏ ਨੇ, ਉਹਨਾਂ ਦੇ ਘਰ ਬਰਬਾਦ ਹੋ ਗਿਆ, ਅਤੇ ਉਹਨਾਂ ਵੱਲ ਕਿਸੇ ਦਾ ਧਿਆਨ ਨਹੀਂ, ਨਾ ਸਰਕਾਰ ਦਾ ਧਿਆਨ ਹੈ, ਨਾ ਹੀ ਇਨਸਾਨੀਅਤ ਦਾ ਧਿਆਨ ਹੈ। ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚ ਮੀਡੀਆ ਦਾ ਵੀ ਕਿਤੇ ਨਾ ਕਿਤੇ ਵੱਡਾ ਹੱਥ ਹੁੰਦਾ, ਕਿਉਂਕਿ ਹਰ ਸਾਲ ਜਦੋਂ ਵੀ ਦੁਸ਼ਹਿਰਾ ਮਨਾਇਆ ਜਾਂਦਾ ਮੀਡੀਆ 'ਚ ਬੜਾ ਵੱਡਾ ਚੜਾ ਕੇ ਦੱਸਿਆ ਜਾਂਦਾ ਕਿ ਕਿੱਥੇ ਸਭ ਤੋਂ ਵੱਡਾ ਰਾਵਣ ਬਣਾਇਆ ਗਿਆ। ਤੁਹਾਨੂੰ ਲੱਗਦਾ ਵੀ ਇਹ ਚੀਜ਼ ਵੀ ਲੋਕਾਂ ਨੂੰ ਉਤਸ਼ਾਹਿਤ ਕਰਦੀ ਹੈ, ਲੋਕਾਂ ਦੇ ਵਿੱਚ ਐਕਸਾਈਟਮੈਂਟ ਬਣਾਉਂਦੀ ਕਿ ਹਾਂ ਅਗਲੇ ਸਾਲ ਮੇਰਾ ਨਾਮ ਆਵੇ ਵੀ ਮੈਂ ਵੱਡਾ ਰਾਵਣ? ਬਿਲਕੁਲ ਬਿਲਕੁਲ, ਲੋਕ ਇਹੀ ਚੀਜ਼ ਹੀ ਮੀਡੀਆ ਵਾਲਿਆਂ ਦੀ ਸੁਣ ਕੇ ਅਗਲੇ ਖੁਸ਼ ਹੁੰਦੇ, ਅੱਜ ਇਹਦਾ ਨਾਮ ਹੋਇਆ ਕੱਲ੍ਹ ਨੂੰ ਸਾਡਾ ਨਾਮ ਹੋਏਗਾ, ਕਿਉਂਕਿ ਮੀਡੀਆ ਵਾਲਿਆਂ ਨੇ ਤਾਂ ਦੇਖਣਾ ਹੀ ਹੈ ਕਿਹੜੀ ਚੀਜ਼ ਸਭ ਤੋਂ ਅੱਛੀ ਬਣ ਰਹੀ ਹੈ ਜਾਂ ਕਿਉਂ ਬਣ ਰਹੀ ਹੈ, ਕਿੱਥੇ ਲੋਕ ਸਾਰੇ ਜਾ ਕੇ ਰਸ਼ ਹੋ ਰਿਹਾ, ਜਾ ਕੇ ਦੇਖ ਰਹੇ ਆ, ਦੁਨੀਆ ਉੜ ਕੇ ਜਾ ਰਹੀ ਹੈ ਉੱਥੇ ਧਨਾਸ। ਮੈਂ ਮੇਰਾ ਖਿਆਲ ਹੈ ਉੱਦਾਂ ਕੋਈ ਚਾਹੇ ਚੰਡੀਗੜ੍ਹ ਦਾ ਧਨਾਸ ਜਾਂਦਾ ਨਾ ਹੋਵੇ, ਮੈਨੂੰ ਸੁਣਨ 'ਚ ਆਇਆ, ਦੇਖਣ 'ਚ ਆਇਆ ਲੁਧਿਆਣੇ ਤੋਂ ਪਟਿਆਲੇ ਤੋਂ ਲੋਕ ਜਾ ਕੇ ਰਾਵਣ ਦੇਖਣ ਆ ਰਹੇ ਹੈ। ਦੱਸੋ ਮੈਂ ਤਾਂ ਇਹ ਹੈਰਾਨ ਹਾਂ, ਇੰਨਾ ਪੈਟਰੋਲ ਫੂਕ ਰਿਹਾ, ਇੰਨਾ ਕੁਛ ਕਰ ਰਿਹਾ ਸਿਰਫ ਇੱਕ ਰਾਵਣ ਨੂੰ ਦੇਖਣ ਵਾਸਤੇ, ਔਰ ਜੇ ਅਜਿਹਾ ਹੀ ਪੈਸਾ, ਮੈਂ ਤਾਂ ਇਹੀ ਕਹਾਂਗੀ ਜਿਹੜੇ ਇੰਨੇ ਹੜ੍ਹ ਪੀੜਤੀ ਸਾਡੇ ਹਿੰਦੁਸਤਾਨ 'ਚ, ਇੰਨੀ ਗਰੀਬੀ ਹੈ, ਇੰਨੀ ਭੁੱਖ ਮਰੀ ਹੈ, ਅਗਰ ਉਹਨਾਂ 'ਤੇ ਲਾਇਆ ਜਾਂਦਾ, ਇੰਨੇ ਜਾਨਵਰ ਵਿਚਾਰੇ ਕੂੜਾ ਖਾ ਰਹੇ ਨੇ, ਪਲਾਸਟਿਕ ਖਾ ਰਿਹਾ, ਅਗਰ ਉਹਨਾਂ ਨੂੰ ਨਹੀਂ ਬਚਾਇਆ ਜਾਂਦਾ। ਗੌਰਮੈਂਟ ਕਹਿੰਦੀ ਹੈ ਜੀ ਤੁਸੀਂ ਪਲਾਸਟਿਕ ਨਾ ਯੂਜ਼ ਕਰੋ, ਇਹ ਵੀ ਵਿੱਚ ਮੁੱਦਾ ਆਉਂਦਾ ਪਲਾਸਟਿਕ। ਚਲੋ ਲੋਕ ਤਾਂ ਨਹੀਂ ਥੈਲੀਆਂ ਸੁੱਟਣਗੇ, ਪਰ ਜਿਹੜੇ ਦੁੱਧ ਦੇ ਪੈਕਟ ਪਲਾਸਟਿਕ ਦੇ ਆ ਰਹੇ ਹੈ, ਜਿਹੜੀਆਂ ਦਾਲਾਂ ਦੀ ਪੈਕਿੰਗ ਮੌਲਾਂ ਦੇ ਵਿੱਚ ਇੱਥੇ ਸਾਰੀ ਜਗ੍ਹਾ 'ਤੇ ਪਲਾਸਟਿਕ ਦੇ ਲਿਫਾਫਿਆਂ 'ਚ ਆ ਰਹੀ ਹੈ, ਹਰ ਇੱਕ ਚੀਜ਼ ਪਲਾਸਟਿਕ 'ਚ ਪੈਕ ਹੋ ਕੇ ਆ ਰਹੀ ਹੈ, ਉਹਨਾਂ 'ਤੇ ਗੌਰਮੈਂਟ ਕਿਉਂ ਨਹੀਂ ਬੈਨ ਲਾਉਂਦੀ? ਵੱਡੀਆਂ ਵੱਡੀਆਂ ਫਰਮਾਂ ਵਾਲਿਆਂ 'ਤੇ ਕਿਉਂ ਨਹੀਂ ਬੈਨ ਲਾਉਂਦੀ? ਛੋਟੀਆਂ ਦੁਕਾਨਾਂ 'ਤੇ ਬੈਨ ਲੱਗ ਰਿਹਾ, ਹਰ ਇੱਕ ਛੋਟੀ ਜਗ੍ਹਾ 'ਤੇ ਬੈਨ ਲੱਗ ਰਿਹਾ। ਹੁਣ ਅੱਜ ਚੱਲ ਕੇ ਦੇਖੋ ਮੌਲ ਵਿੱਚ ਹਰ ਦੁਨੀਆ ਇੱਕ 'ਤੇ ਜਾਂਦੀ ਹੈ ਵੀ ਉੱਥੇ ਏਸੀ ਲੱਗੇ ਦੇ ਨੇ, ਉੱਥੇ ਆਰਾਮ ਹੈ, ਅਤੇ ਦੁਕਾਨਦਾਰਾਂ ਦੇ ਕੋਲ ਜਾ ਕੇ ਦੇਖੋ ਮਾਰਕੀਟਾਂ 'ਚ ਖਾਲੀ ਦੁਕਾਨਦਾਰਾਂ, ਵਿਚਾਰੇ ਬੇਰੁਜ਼ਗਾਰ ਬੈਠੇ ਹੈ, ਨਾ ਗੌਰਮੈਂਟ ਉਹਨਾਂ ਨੂੰ ਪੁੱਛਦੀ ਹੈ ਤੁਹਾਡੀ ਰੋਟੀ ਕਿੱਦਾਂ ਚੱਲ ਰਹੀ ਹੈ, ਨਾ ਉਹਨਾਂ ਨੂੰ ਕਿਸੇ ਨੂੰ ਪੁੱਛਦੀ ਹੈ ਤੁਹਾਡੇ 'ਚ ਕੋਈ ਸਰਕਾਰੀ ਮੁਲਾਜ਼ਮ ਹੈਗਾ, ਨਾ ਕੋਈ ਪੁੱਛਦਾ ਤੁਹਾਡੇ ਬੱਚੇ ਕਿਉਂ ਨਸ਼ਿਆਂ 'ਚ ਪੈ ਰਹੇ ਨੇ, ਕਿਉਂਕਿ ਉਹ ਬੇਰੁਜ਼ਗਾਰ ਨੇ, ਨਾ ਉਹਨਾਂ ਨੂੰ ਕੋਈ ਰੋਟੀ ਦੇ ਰਿਹਾ, ਨਾ ਕੋਈ ਉਹਨਾਂ ਨੂੰ ਰੁਜ਼ਗਾਰ ਦੇ ਰਿਹਾ। ਅਗਰ ਇਹੀ ਗੌਰਮੈਂਟ ਇਹਨਾਂ ਵੱਲ ਧਿਆਨ ਦੇਵੇ, ਇਹਨਾਂ ਚੀਜ਼ਾਂ 'ਤੇ ਬੈਨ ਲਗਾਏ, ਤਾਂ ਮੈਂ ਕਹਿੰਦੀ ਸਾਡਾ ਹਿੰਦੁਸਤਾਨ 1 ਨੰਬਰ 'ਤੇ ਰਹੇ। ਜਿਹੜਾ ਅਸੀਂ ਰਾਵਣ ਫੂਕਦੇ ਹਾਂ ਉਹ ਐਕਚੁਲੀ ਉਹਦੇ ਪਿੱਛੇ ਫਿਲੋਸਫੀ ਤਾਂ ਇਹ ਸੀ ਕਿ ਜਿਹੜਾ ਤੁਹਾਡੇ ਮਨ ਦੇ ਵਿੱਚ ਰਾਵਣ ਬੈਠਾ ਨਾ ਉਹਨੂੰ ਮਾਰਨਾ ਸੀਗਾ, ਪਰ ਅਸੀਂ ਉਹਨੂੰ ਤਾਂ ਮਾਰਿਆ ਨਹੀਂ,
ਅਸੀਂ ਵੱਡੇ ਵੱਡੇ ਪੁਤਲਿਆਂ ਨੂੰ ਫੂਕਣ 'ਤੇ ਕੰਮ ਸੀਮਤ ਰਹਿ ਗਿਆ। ਜੇ ਕਿਤੇ ਜਿਹੜਾ ਫਲਸਫਾ ਸੀਗਾ ਇਹਦੇ ਮਗਰ ਰਾਵਣ ਫੂਕਣ ਦਾ, ਉਹ ਫਲਸਫਾ ਕਿਤੇ ਅਡਾਪਟ ਕੀਤਾ ਹੁੰਦਾ ਤਾਂ ਹਿੰਦੁਸਤਾਨ ਬਹੁਤ ਵਧੀਆ ਦੇਸ਼ ਹੋਣਾ ਸੀਗਾ। ਅੱਜ ਤੁਸੀਂ ਦੇਖ ਲਓ ਸਮਾਜ ਦੇ ਵਿੱਚ ਇੰਨੀਆਂ ਕੁਰੀਤੀਆਂ ਫੈਲ ਗਈਆਂ ਕਿ ਛੋਟੀਆਂ ਛੋਟੀਆਂ ਕੁੜੀਆਂ ਦੇ ਨਾਲ ਮਤਲਬ ਕੁਕਰਮ ਕੀਤੇ ਜਾ ਰਹੇ ਆ, ਉਹਨਾਂ ਨੂੰ ਜਨਮਦੀਆਂ ਨੂੰ ਹੀ ਜਨਮਨ ਤੋਂ ਪਹਿਲਾਂ ਹੀ ਮਾਰਿਆ ਜਾ ਰਿਹਾ। ਕੀ ਇਹ ਰਾਵਣ ਪੁਣੇ ਤੋਂ ਘੱਟ ਹੈ? ਮੇਰੇ ਤੋਂ ਪਹਿਲਾਂ ਮੈਡਮ ਬੋਲ ਰਹੇ ਸੀਗੇ, ਮੈਂ ਬੜੀ ਉਹਨਾਂ ਨੂੰ ਗੌਰ ਨਾਲ ਸੁਣ ਰਿਹਾ ਸੀਗਾ ਕਿ ਉਹਨਾਂ ਦੇ ਕਿੰਨੇ ਅੱਛੇ ਵਿਚਾਰ ਨੇ ਕਿ ਸਮਾਜ ਦੇ ਵਿੱਚ ਤੁਸੀਂ ਦੇਖੋ ਵੀ ਆਹ ਹੁਣ ਨਰਾਤੇ ਚੱਲ ਰਹੇ ਸੀਗੇ, ਅਸੀਂ ਮਾਤਾਵਾਂ ਦੀ ਪੂਜਾ ਵੱਲ ਮਤਲਬ ਮਾਤਾਵਾਂ ਦੀਆਂ ਪੂਜਾ ਕਰਦੇ ਹਾਂ ਵੱਖਰੇ ਵੱਖਰੇ ਦਿਨ ਦੇ ਉੱਤੇ, ਪਰ ਤੁਸੀਂ ਦੇਖੋ ਵੀ ਘਰਾਂ ਦੇ ਵਿੱਚੋਂ ਮਾਤਾਵਾਂ ਨੂੰ ਬਦਾਵੇ ਦੇ ਕੇ ਉਹਨਾਂ ਦੇ ਪੁੱਤਰ ਉਹਨਾਂ ਨੂੰ ਕੱਢ ਰਹੇ ਆ, ਵੀ ਕਿਹੋ ਜਿਹਾ ਸਮਾਜ ਆ ਇਹ? ਮਤਲਬ ਗੱਲ ਤੁਹਾਨੂੰ ਲੱਗਦਾ ਵੀ ਮਟੀਰੀਅਲਿਸਟਿਕ ਹੋ ਗਏ ਨੇ ਲੋਕ, ਜਿਵੇਂ ਆਪਣੀ ਜ਼ਮੀਨ ਵੇਚ ਕੇ ਰਾਵਣ ਨੂੰ ਬਣਾਉਣਾ, ਰਾਵਣ ਦਾ ਪੁਤਲਾ ਸਾੜਨਾ, ਔਰ ਰਾਵਣ ਦਾ ਪੁਤਲਾ ਜਿਹੜਾ ਉਹ ਇੱਕ ਦਿਨ 'ਚ ਫੂਕਿਆ ਜਾਏਗਾ, ਤੁਹਾਨੂੰ ਲੱਗਦਾ ਵੀ ਸਿਰਫ ਇਹ ਲੱਖਾਂ ਰੁਪਏ ਜਿਹੜੇ ਲਾਏ ਆ ਆਪਣੇ ਇੱਕ ਤਰੀਕੇ ਨਾਲ ਆਪਣੇ ਨੋਟਾਂ ਨੂੰ ਹੀ ਅੱਗ ਲਗਾ ਰਿਹਾ ਬੰਦਾ, ਕਿ ਉਹ ਵਧੀਆ ਕੰਮ 'ਤੇ ਵੀ ਯੂਜ਼ ਹੋ ਸਕਦੇ ਸੀ ਲੱਖਾਂ ਰੁਪਏ? ਬਿਲਕੁਲ ਤੁਹਾਡੀ ਗੱਲ ਸਹੀ ਆ ਵੀ ਇਹ ਜੋ ਅਸੀਂ ਸਮਾਜ ਦੇ ਵਿੱਚ ਜਿਹੜੀਆਂ ਕ੍ਰਿਤੀਆਂ ਨੂੰ ਮੁਖਾਤਬ ਹੋ ਕੇ ਜਿਹੜੇ ਮਤਲਬ ਕਹਿ ਲਓ ਵੀ ਆਪਾਂ ਕਰਮ ਕਰਨੇ ਸੀਗੇ, ਉਹ ਕਰਮ ਕਰਦੇ ਹੋਏ ਅਸੀਂ ਜਿਹੜਾ ਕੁਦਰਤ ਦੇ ਨਾਲ ਖਿਲਵਾੜ ਕਰ ਰਹੇ ਹਾਂ ਨਾ, ਇਹ ਸਭ ਤੋਂ ਵੱਡਾ। ਤੁਸੀਂ ਦੇਖੋ ਇੱਕ ਪੈਸਾ ਤਾਂ ਤੁਸੀਂ ਜਿਹੜੀ ਗੱਲ ਕੀਤੀ ਆ, ਪੈਸੇ ਦਾ ਤਾਂ ਨੁਕਸਾਨ ਹੋ ਹੀ ਰਿਹਾ, ਪਰ ਨਾਲ ਦੀ ਨਾਲ ਤੁਸੀਂ ਦੇਖੋ ਕੁਦਰਤ ਦੇ ਜਿਹੜਾ ਵਾਤਾਵਰਨ ਦਾ ਕਿੰਨਾ ਨੁਕਸਾਨ ਕਰ ਰਹੇ ਹਾਂ ਅਸੀਂ। ਇੱਕ ਦਿਨ ਦੇ ਵਿੱਚ ਕਿੰਨਾ ਪੋਲਿਊਸ਼ਨ ਅਸੀਂ ਕ੍ਰੀਏਟ ਕਰ ਦੇਣਾ, ਵੀ ਇਹੀ ਪੋਲਿਊਸ਼ਨ ਆ। ਅਸੀਂ ਕਿਸਾਨਾਂ ਨੂੰ ਆਮ ਤੌਰ 'ਤੇ ਇਹ ਕਹਿੰਦੇ ਹਾਂ ਜੀ ਕਿਸਾਨਾਂ ਦੀ ਪਰਾਲੀ ਕਰਕੇ ਉਹ ਜੀ ਦਿੱਲੀ 'ਚ ਧੂੰਆਂ ਹੋ ਗਿਆ, ਵੀ ਜਿਹੜਾ ਰਾਵਣ ਨੂੰ ਤੁਸੀਂ ਇੱਕ ਛੋਟੇ ਛੋਟੇ ਮੁਹੱਲਿਆਂ ਦੇ ਵਿੱਚ ਤੁਸੀਂ ਫੂਕਤਾ, ਕੀ ਇਹ ਧੂੰਆਂ ਨਹੀਂ ਕਰ ਰਿਹਾ? ਕੀ ਇਹਦੇ ਨਾਲ ਪੋਲਿਊਸ਼ਨ ਨਹੀਂ ਹੋ ਰਿਹਾ? ਅਤੇ ਪ੍ਰਸ਼ਾਸਨ ਨੇ ਪਰਮਿਸ਼ਨ ਵੀ ਦਿੱਤੀ ਹੈ। ਬਿਲਕੁਲ, ਪ੍ਰਸ਼ਾਸਨ ਕੋਈ ਆਲੂਕਾਰਾ ਤਾਂ ਹੈ ਨਹੀਂ, ਉਹ ਵੀ ਸਾਡੇ ਸਮਾਜ ਦਾ ਇੱਕ ਅੰਗ ਆ। ਜਿਹੋ ਜਿਹਾ ਸਾਡਾ ਸਮਾਜ ਜੋ ਚਾਹੁੰਦਾ ਆ ਉਹੋ ਜਿਹਾ ਪ੍ਰਸ਼ਾਸਨ ਉਹਨਾਂ ਨੂੰ ਮੁਹੱਈਆ ਕਰਦਾ। ਜੇ ਪ੍ਰਸ਼ਾਸਨ ਸਹੀ ਕੰਮ ਕਰਦਾ ਹੋਵੇ ਉਹ ਇਹੋ ਜਿਹੀਆਂ, ਹੁਣ ਚੰਡੀਗੜ੍ਹ ਦੇ ਵਿੱਚ ਮੈਨੂੰ ਲੱਗਦਾ ਹਰੇਕ ਸੈਕਟਰ ਦੇ ਵਿੱਚ ਰਾਵਣ ਦਾ ਜਿਹੜਾ ਪੁਤਲਾ ਉਹ ਫੂਕਿਆ ਜਾਣਾ, ਹਰੇਕ ਸੈਕਟਰ ਦੇ ਵਿੱਚ। ਜੇ ਉਹਨੂੰ ਆਪਾਂ ਇੱਕ ਕਹਿ ਲਓ ਸਿੰਬੋਲਿਕ ਅਸੀਂ ਰੀਪ੍ਰਜੈਂਟੇਸ਼ਨ ਦੇਣੀ ਆ ਜਿੱਥੇ ਸਾਰੇ ਲੋਕ ਇਕੱਠੇ ਹੋ ਜਾਣ, ਇੱਕ ਥਾਂ 'ਤੇ ਵੀ ਕੀਤਾ ਜਾ ਸਕਦਾ, ਤਾਂ ਕਿ ਉਹਦੇ ਨਾਲ ਪ੍ਰਦੂਸ਼ਣ ਵੀ ਤੁਹਾਡਾ ਘੱਟ ਹੋਏਗਾ, ਉਹ ਛੋਟੇ ਰੂਪ ਦੇ ਵਿੱਚ ਵੀ ਕੀਤਾ ਜਾ ਸਕਦਾ। ਪਰ ਅਸੀਂ ਵੱਧ ਤੋਂ ਵੱਧ ਚੜ੍ਹ ਕੇ ਜਿਹੜਾ ਪੈਸਾ ਖਰਾਬ ਕਰ ਰਹੇ ਹਾਂ, ਆਪਣੇ ਵਾਤਾਵਰਨ ਨੂੰ ਪ੍ਰਦੂਸ਼ਿਤ ਕਰ ਰਹੇ ਹਾਂ, ਮਤਲਬ ਉਹ 'ਚੋਂ ਅਲਟੀਮੇਟ ਨਿਕਲ ਕੁਛ ਨਹੀਂ ਰਿਹਾ। ਅਸੀਂ ਮੈਂ ਕਹਿੰਦਾ ਵੀ 30 ਸਾਲ ਦਾ ਤਾਂ ਮੈਨੂੰ ਲੱਗਦਾ ਵੀ ਮੈਂ ਦੇਖ ਰਿਹਾ ਵੀ ਇਹ ਰਾਵਣ ਨੂੰ ਫੂਕ ਰਹੇ ਹਾਂ, ਪਰ ਜਿਹੜਾ ਉਹਦਾ ਫਲਸ ਜਿਹੜੀ ਜਿਸ ਕਰਕੇ ਉਹ ਫੂਕ ਰਹੇ ਹਾਂ ਉਹ 30 ਸਾਲਾਂ 'ਚ ਮੈਨੂੰ ਨਹੀਂ ਲੱਗਿਆ ਵੀ ਉਹਦੀ ਕੋਈ ਪੋਜ਼ੀਟਿਵ ਜਿਹੜੀ ਆ ਇੰਪੈਕਟ ਸਮਾਜ ਦੇ ਉੱਤੇ ਦਿਖਿਆ ਹੋਵੇ। ਅਤੇ ਤੁਹਾਨੂੰ ਕੀ ਲੱਗਦਾ ਵੀ ਜਿਹੜਾ ਲੱਖਾਂ ਰੁਪਏ ਇੱਕ ਰਾਵਣ ਬਣਾਉਣ 'ਤੇ ਲਾਏ ਆ ਉਹ ਪੈਸੇ ਕਿਤੇ ਹੋਰ ਵੀ ਵਧੀਆ ਜਗ੍ਹਾ ਲੱਗ ਸਕਦੇ? ਇਹ ਆਪਾਂ ਜਿਵੇਂ ਹੁਣ ਆਮ ਕੋਈ ਗਰੀਬ ਬੱਚੇ ਆ ਜਾਂ ਕਿਸੇ ਦਾ ਕੋਈ ਬੱਚਾ ਨਹੀਂ ਪੜ੍ਹ ਰਿਹਾ,
ਆਪਾਂ ਉੱਥੇ ਵੀ ਲਾ ਸਕਦੇ ਹਾਂ, ਜਾਂ ਜੇ ਵਿਚਾਰਾ ਕੋਈ ਕੰਮ ਕਾਰ ਰੋਜ਼ਗਾਰ ਨਹੀਂ ਕਿਸੇ ਨੂੰ ਮਿਲ ਰਿਹਾ ਆਪਾਂ ਉੱਥੇ ਵੀ ਲਾ ਸਕਦੇ ਹਾਂ। ਮੈਨੂੰ ਤਾਂ ਲੱਗਦਾ ਨਹੀਂ ਹੈ ਵੀ ਆਪਾਂ ਰਾਵਣ ਨੂੰ ਲੱਖਾਂ ਜਾਂ ਕਰੋੜਾਂ ਰੁਪਏ ਲਾ ਕੇ ਵੀ ਉਹਦਾ ਇੱਕ ਇਹ ਪੁਤਲਾ ਬਣਾ ਰਹੇ ਹਾਂ, ਉਹ ਤੋਂ ਬਾਅਦ ਉਹਨੂੰ ਫੂਕ ਰਹੇ ਹਾਂ, ਮੇਰੇ ਹਿਸਾਬ 'ਚ ਤਾਂ ਠੀਕ ਨਹੀਂ ਹੈ। ਤੁਹਾਨੂੰ ਲੱਗਦਾ ਹੈ ਕਿ ਹੁਣ ਉਸ ਬੰਦੇ ਦੀ ਤਾਰੀਫਾਂ ਹੋ ਰਹੀਆਂ ਹੋਣਗੀਆਂ ਜਿਹਨੇ ਇੰਨਾ ਵੱਡਾ ਰਾਵਣ ਬਣਾਇਆ? ਨਹੀਂ, ਦੇਖੋ ਅਖਬਾਰਾਂ ਥੋੜ੍ਹੇ ਦਿਨ ਤੱਕ ਤਾਰੀਫਾਂ ਹੁੰਦੀਆਂ ਹੈ ਵੀ, ਉਸ ਤੋਂ ਬਾਅਦ ਤਾਂ ਫਿਰ ਮੈਨੂੰ ਤਾਂ ਕੋਈ ਲੱਗਦਾ ਨਹੀਂ ਕਿ ਜੇ ਕੋਈ ਚੰਗਾ ਕੰਮ ਕਰੂਗਾ ਫਿਰ ਲਾਈਫ ਟਾਈਮ ਤਾਰੀਫ ਹੋਊਗੀ ਬੰਦੇ ਦੀ। ਇੱਕ ਤਰੀਕੇ ਨਾਲ ਕਹਿੰਦੇ ਵੀ ਬੁਰਾਈ ਤੇ ਅੱਛਾਈ ਦੀ ਜਿੱਤ ਹੁੰਦੀ ਆ, ਹੈ ਨਾ, ਤਾਂ ਕਰਕੇ ਰਾਵਣ ਦਾ ਪੁਤਲਾ ਸਾੜਿਆ ਜਾਂਦਾ ਲੋਕਾਂ ਨੂੰ ਦੱਸਣ ਵਾਸਤੇ। ਤੁਹਾਨੂੰ ਲੱਗਦਾ ਕਿ ਰਾਵਣ ਦਾ ਪੁਤਲਾ ਇਸ ਕਰਕੇ ਉਹਦਾ ਸਾਈਜ਼ ਵੱਡਾ ਹੁੰਦਾ ਜਾਂਦਾ ਕਿਉਂਕਿ ਦੇਸ਼ 'ਚ ਬੁਰਾਈ ਵੀ ਵੱਧਦੀ ਜਾ ਰਹੀ ਹੈ, ਇਹ ਹੋ ਸਕਦਾ ਹੈ ਰੀਜ਼ਨ? ਨਹੀਂ, ਹੋ ਸਕਦਾ ਜੀ ਕਿਸੇ ਹੱਦ ਤੱਕ ਇਹ ਵੀ ਰੀਜ਼ਨ ਵੀ ਬੁਰਾਈ ਵੱਧ ਰਹੀ ਆ ਆਪਣੇ ਦੇਸ਼ 'ਚ, ਹੋ ਸਕਦਾ ਰੀਜ਼ਨ। ਤੁਹਾਨੂੰ ਕੀ ਲੱਗਦਾ ਹੈ ਕਿ ਦੇਸ਼ ਦੇ ਵਿੱਚ ਸਭ ਤੋਂ ਵੱਡਾ ਰਾਵਣ ਹੈ ਕੌਣ ਅਸਲੀਅਤ ਦੇ ਵਿੱਚ? ਅਸਲ 'ਚ ਰਾਵਣ ਤਾਂ ਜੀ ਹੁਣ ਕੀ ਕਹਿ ਸਕਦੇ ਹਾਂ, ਮਤਲਬ ਦੇਸ਼ 'ਚ ਬੁਰਾਈ ਕੀ ਹੈ? ਬੁਰਾਈ ਆਹੀ ਆ ਜੀ, ਲੀਡਰ ਲੂਡਰ ਕਰਪਟ ਨੇ ਬਸ, ਹੋਰ ਤਾਂ ਕੋਈ ਨਹੀਂ, ਆਹੀ ਬੁਰਾਈ ਆ ਜੀ ਬਸ। ਲੀਡਰ ਕਰਪਟ ਨੇ, ਇਹ ਬੁਰਾਈ ਹੈ, ਅਤੇ ਇਹਨੂੰ ਹਟਾਇਆ ਕਿਵੇਂ ਜਾ ਸਕਦਾ? ਅਸੀਂ ਜਿਵੇਂ ਕਿ ਅਸੀਂ ਗੱਲ ਕਰ ਰਹੇ ਸੀਗੇ ਵੀ ਰਾਵਣ ਦਾ ਪੁਤਲਾ ਅਸੀਂ ਸਾੜਦੇ ਹਾਂ, ਬੁਰਾਈ ਕੀ, ਰਾਵਣ ਦਾ ਪੁਤਲਾ ਸਾੜਨ ਦੇ ਨਾਲ ਬੁਰਾਈ ਖਤਮ ਹੁੰਦੀ ਹੈ? ਨਹੀਂ, ਮੈਨੂੰ ਨਹੀਂ ਲੱਗਦਾ, ਇਹ ਤਾਂ ਕੋਈ ਇਹਦੇ ਨਾ ਕੋਈ ਬੁਰਾਈ 'ਤੇ ਫਰਕ ਨਹੀਂ ਪੈਂਦਾ ਜੀ, ਇਹ ਤਾਂ ਲੋਕਾਂ ਨੂੰ ਸਮਝਾਉਣ ਦੀ ਲੋੜ ਆ ਵੀ ਨਾ, ਮਤਲਬ ਬੁਰਾਈ ਕਰਨ ਵੀ ਲੋਕਾਂ ਨਾਲ ਦੇ ਲੋਕਾਂ ਨੂੰ ਵੀ ਰੋਕਣ ਬੁਰਾਈ ਕਰਨ ਤੋਂ। ਅੱਛਾ, ਇੱਕ ਰਿਚੁਅਲ ਦੇ ਤੌਰ 'ਤੇ ਅਸੀਂ ਛੋਟੇ ਰਾਵਣ ਨੂੰ ਵੀ ਅੱਗ ਲਗਾ ਸਕਦੇ ਹਾਂ, ਉਹ 'ਚ ਇੱਕ ਇਕਨੋਮਿਕ ਨੂੰ ਜਿਹੜਾ ਨੁਕਸਾਨ ਨਾ ਪਹੁੰਚਾਵੇ, ਹੈ ਨਾ, ਸਾਡੀ ਇਕੋਨਮੀ ਨੂੰ, ਸਾਡੇ ਇਨਵਾਇਰਮੈਂਟ ਨੂੰ ਨੁਕਸਾਨ ਨਾ ਪਹੁੰਚਾਵੇ, ਉਹ ਵਧੀਆ ਉੱਦਾਂ ਦਾ ਰਾਵਣ ਵੀ ਇਕੋਨਮੀ ਫਰੈਂਡਲੀ ਰਾਵਣ ਵੀ ਅਸੀਂ ਬਣਾ ਸਕਦੇ ਹਾਂ? ਹਾਂਜੀ, ਬਣਾ ਸਕਦੇ ਹਾਂ ਜੀ। ਤੁਸੀਂ ਦੁਸ਼ਹਿਰਾ ਕਿਵੇਂ ਬਣਾਉਂਦੇ? ਮੈਂ ਤਾਂ ਜੀ ਚੱਲ ਜਾਂਦਾ ਹੁੰਦਾ, ਮੈਂ ਵੀ ਦੇਖਣ ਦੁਸ਼ਹਿਰਾ ਆਪਣੇ ਸਿਟੀ 'ਚ, ਕਈ ਵਾਰ ਨਹੀਂ ਘਰ ਹੁੰਦੇ ਜੀ ਘਰਦਿਆਂ ਨਾਲ। ਅੱਛਾ, ਪਹਿਲੇ ਜਬ ਦੁਸ਼ਹਿਰਾ ਹੋਤਾ ਥਾ, ਅਗਰ ਹਮ ਆਜ ਸੇ 10 ਸਾਲ ਪਹਿਲੇ ਦੇਖੇ, ਤੋ ਦੁਸ਼ਹਿਰਾ ਇਸ ਲਈ ਮਨਾਇਆ ਜਾਤਾ ਥੀ, ਰਾਮਲੀਲਾ ਜੋ ਦਿਖਾਈ ਜਾਤੀ ਥੀ, ਵੋ ਲੋਗੋ ਕੋ ਬਤਾਨੇ ਕੇ ਲੀਏ ਕਿ ਦੁਸ਼ਹਿਰਾ ਕਿਉਂ ਮਨਾਇਆ ਜਾਤਾ ਹੈ ਨਾ, ਵੋ ਇੱਕ ਤਰ੍ਹਾਂ ਕਾ ਮੈਸੇਜ ਦੇਨੇ ਕੇ ਲੀਏ। ਲੇਕਿਨ ਆਪਕੋ ਲਗਤਾ ਕਿ ਆਜ ਕਾ ਜੋ ਦੁਸ਼ਹਿਰਾ ਹੈ, ਆਜ ਕੇ ਟਾਈਮ ਮੇਂ ਦੇਖੇ ਤੋ ਉਸਸੇ ਲੋਗੋ ਕੋ ਕੋਈ ਮੈਸੇਜ ਮਿਲਤਾ ਹੈ? रामलीला आज भी अकॉर्डिंग टू मेक सिग्निफिकेंट पार्ट होती हैं, क्योंकि बच्चे देखने जाते हैं, उन्हें हमारी पूरी हिस्ट्री के बारे में पता चलता है। लेकिन हाँ, आजकल उसको बहुत ज़्यादा एंटरटेनमेंट वे में भी प्रेजेंट किया जा रहा है, एंड बहुत ज़्यादा उस पर खर्च करके बहुत ज़्यादा हो गया है, लेकिन जो बेसिक थीम लाइन है वो मेंटेन्ड है, एंड आई एम हैप्पी फॉर दैट कि एटलीस्ट हमारी जो नेक्स्ट जनरेशन के जो बच्चे हैं वहाँ जाते हैं, उनको वो हिस्टोरिक लाइन पता चलती है। जिवें कि तुसीं वेख्या कि अज दा मुद्दा जिहड़ा सीगा थोड़ा गंभीर सीगा, इसलिए अज दे एपीसोड दे विच असीं यूथ दे नाल नाल जिहड़े ओल्ड एज पीपल ने उन्हां नूं वी कवर कीता, उन्हां दी वी राय जाणी कि जिहड़ा पुतला बनाया जा रहा है चंडीगढ़ दे विच 221 फुट दा, ਉਹ ਜ਼ਮੀਨ ਜਾਇਦਾਦ ਵੇਚ ਕੇ ਜਿਹੜਾ ਪੁਤਲਾ ਬਣਾਇਆ ਗਿਆ, ਉਹ ਕਿੰਨਾ ਕੁ ਸਹੀ ਸੀਗਾ ਅਤੇ ਕਿੰਨਾ ਕੁ ਗਲਤ ਸੀਗਾ? ਕਿਸੇ ਦੀ ਸ਼ਰਧਾ ਭਾਵਨਾ ਸੀਗੀ ਜਾਂ ਉਹਦਾ ਜੋਸ਼ ਸੀਗਾ, ਉਹਦਾ ਜਨੂੰਨ ਸੀਗਾ? ਇਸੇ ਬਾਰੇ ਅਸੀਂ ਗੱਲ ਕੀਤੀ ਯੂਥ ਦੇ ਨਾਲ, ਅਤੇ ਜ਼ਿਆਦਾਤਰ ਯੂਥ ਨੇ ਈਵਨ ਕਿ ਹਰ ਇੱਕ ਨੇ ਇਸ ਚੀਜ਼ ਨੂੰ ਵੈਸੇ ਤਾਂ ਗਲਤ ਗੱਲ ਮੰਨੀ ਹੈ, ਅਤੇ ਇਹ ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਕਿੰਨਾ ਕੁ ਸਹੀ ਹੈ ਅਤੇ ਕਿੰਨਾ ਕੁ ਗਲਤ ਹੈ। ਅੱਜ ਦੇ ਐਪੀਸੋਡ ਲਈ ਬਸ ਇੰਨਾ ਹੀ, ਅਗਲੇ ਐਪੀਸੋਡ ਦੇ ਵਿੱਚ ਫਿਰ ਹਾਜ਼ਰ ਹੋ ਜਾਵਾਂਗੇ, ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ, ਤੁਸੀਂ ਵੇਖਦੇ ਰਹੋ ਵਿਜ਼ਨ ਪੰਜਾਬ ਟੀਵੀ, ਹਰ ਕਦਮ ਤੁਹਾਡੇ ਨਾਲ।